ਨਗਰ ਸਾਹਿਬ ਅੱਜ ਤੁਹਾਡੇ ਘਰ ਦੇ ਵਿੱਚ ਆਉਣਾ ਨਸੀਬ ਹੋਇਆ ਹੈਗਾ ਆ। ਅੱਜ ਘਰਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਅਤੇ ਇਹਨਾਂ ਫੋਟੋਆਂ ਦੇ ਬਾਰੇ ਵੀ ਚਾਨਣਾ ਪਾਵਾਂਗੇ। ਇਹ ਤਸਵੀਰ ਕਿਹਨਾਂ ਦੀ ਲਾਈ ਹੋਈ ਹੈ ਜੀ? ਇਹ ਤਸਵੀਰ ਸਾਡੇ ਪਿਤਾ ਜੀ ਦੀ ਆ ਜੀ, ਅਤੇ ਉਸ ਵੇਲੇ ਇਹਨਾਂ ਨੇ ਖਿਚਾਈ ਹੈ ਸਾਡੇ ਪਿਤਾ ਜੀ ਦੀ ਤਸਵੀਰ ਆ। ਇਹਨਾਂ ਦਾ ਨਾਂ ਸਰਦਾਰ ਬਖਸ਼ੀਸ਼ ਸਿੰਘ ਨੰਬਰਦਾਰ ਪਿੰਡ ਜੱਬੋਆ। ਅੱਛਾ ਜੀ, ਤੁਹਾਡੇ ਪਿਤਾ ਬਖਸ਼ੀਸ਼ ਸਿੰਘ ਜੀ ਦੀ ਫੋਟੋ ਲਗਾਈ ਹੋਈ ਆ। ਅੱਛਾ, ਅੱਗੇ ਵੀ ਕਾਫੀ ਫੋਟੋਆਂ ਨਜ਼ਰ ਆਉਂਦੀਆਂ ਪਈਆਂ ਹੈਗੀਆਂ, ਅਤੇ ਜੇ ਆਪਾਂ ਦੇਖਿਆ ਜਾਵੇ ਤਾਂ ਜੀ ਕੈਮਰਾਮੈਨ ਰਹਾਂਗੇ ਨਜ਼ਦੀਕ। ਆਹ ਜਿਹੜੀ ਫੋਟੋ ਆ, ਇਹ ਮੇਰੇ ਪਿਤਾ ਜੀ ਅਤੇ ਮੇਰੀ ਮਾਤਾ ਜੀ ਦੀ ਆ ਜੀ। ਮਾਤਾ ਜੀ ਦਾ ਕੀ ਨਾਮ ਜੀ? ਮੇਰੀ ਮਾਤਾ ਜੀ ਦਾ ਨਾਮ ਦਲੀਪ ਕੌਰ ਸੀਗਾ, ਮੇਰੇ ਪਿਤਾ ਜੀ ਦਾ ਨਾਮ ਬਖਸ਼ੀ ਸਿੰਘ ਨੰਬਰਦਾਰ ਪਿੰਡ ਜੱਬੋ ਆ ਰਿਹਾ ਜੀ। ਅਤੇ ਆਹ ਜਿਹੜੀ ਫੋਟੋ ਹੈਗੀ ਆ, ਇਹ ਮੇਰੀ ਮਾਤਾ ਜੀ ਆ ਅਤੇ ਇਹ ਮੇਰੇ ਦੋ ਛੋਟੇ ਭਾਈ ਆ। ਕੀ ਨਾਮ ਇਹਨਾਂ ਦੇ? ਇਹਨਾਂ ਦਾ, ਮੇਰੀ ਮਾਤਾ ਜੀ ਦਾ ਨਾਮ ਦਲੀਪ ਕੌਰ ਆ ਪਿੰਡ ਜੱਬੋਵਾਲ ਤੋਂ, ਅਤੇ ਇਹ ਮੇਰੇ ਭਾ ਇਹਨਾਂ ਦਾ ਨਾਂ ਸਤਨਾਮ ਸਿੰਘ, ਅਤੇ ਆਹ ਮੇਰੇ ਭਾ ਇਹਨਾਂ ਦਾ ਨਾਮ ਬਲਵਿੰਦਰ ਸਿੰਘ ਆ। ਅਤੇ ਆਹ ਮੇਰੇ ਵੱਡੇ ਵੀਰ ਜੀ ਆ ਜੋ ਕਿ ਅੱਜ ਇਸ ਦੁਨੀਆਂ ਦੇ ਵਿੱਚ ਨਹੀਂ ਹੈਗੇ, ਪਰ ਇਹਨਾਂ ਦਾ ਨਾਂ ਸਰਦਾਰ ਸੰਤੋਖ ਸਿੰਘ ਜੀ ਜੱਬੋਵਾਲ ਜੀ। ਅਤੇ ਆਹ ਮੇਰੀ ਫੋਟੋ ਬਚਪਨ ਦੀ ਆ ਜੀ, ਅਤੇ ਆਹ ਮੈਂ ਰੇਸ਼ਮ ਸਿੰਘ ਜੀ ਜੱਬੋਵਾਲ ਜੀ ਜੀ, ਆਹ ਇਹਨਾਂ ਦਾ ਨਾਂ ਸਤਨਾਮ ਸਿੰਘ ਆ ਜੀ, ਅਤੇ ਇਹਨਾਂ ਦਾ ਨਾਮ ਬਲਵਿੰਦਰ ਸਿੰਘ ਆ ਜੀ। ਆਹ ਜਿਹੜੀ ਫੋਟੋ ਆ, ਇਹ ਮੇਰੀ ਰੇਸ਼ਮ ਸਿੰਘ ਆ। ਅੱਛਾ, ਬੜੇ ਵਧੀਆ ਤਰੀਕੇ ਨਾਲ ਖਿਚਾਈ ਹੋਈ ਆ ਫੋਟੋ ਜੀ। ਜਦੋਂ ਜਵਾਨੀ, ਮਤਲਬ ਜਦੋਂ ਮੈਂ ਇਹ ਜੀ, ਮੇਰਾ ਖਿਆਲ ਆ ਉਸ ਵੇਲੇ ਪੰਜਵੀਂ ਕੁ ਚ ਪੜ੍ਹਦਾ ਹੋਊਂਗਾ ਜੀ, ਪੰਜਵੀਂ ਦੇ ਵਿੱਚ, ਔਰ ਮੈਂ ਜੱਬੋਵਾਲ ਪ੍ਰਾਇਮਰੀ ਸਕੂਲ ਦੇ ਵਿੱਚ ਉਸ ਵੇਲੇ ਪੰਜ ਪਾਸ ਕੀਤੀਆਂ ਸੀ ਜੀ ਜੀ ਜੀ। ਆਹ ਮੇਰੀ ਫੋਟੋ ਆ, ਇਹ ਜੀ ਮੈਂ ਇਹ ਰੇਸ਼ਮ ਸਿੰਘ ਦੀ ਫੋਟੋ ਹੈਗੀ ਆ। ਕਿਹੜੇ ਕਿਸਾਨ ਦੀ ਹੋਈ ਇਹ? ਇਹ ਜੀ 1968 ਦੀ ਫੋਟੋ ਆ ਜੀ ਜੀ, ਹੈ ਜੀ, ਇਹ 1968 ਦੀ ਫੋਟੋ ਆ। ਤੇ 1968 ਦੇ ਵਿੱਚ ਜੀ ਜੀ ਆਹ ਫੋਟੋ ਮੇਰੀ, ਇੱਧਰ ਪਾਸੇ ਮੈਂ ਆ ਰਿਸ਼ਵ ਸਿੰਘ ਨਾਗਰਾ, ਇੱਧਰ ਮੇਰੀ ਵਾਈਫ ਆ, ਇਹਦਾ ਨਾਂ ਆ ਜਗਦੀਸ਼ ਕੌਰ ਜੀ, ਇਹ ਪਿੰਡ ਸਾਧਪੁਰ ਤੋਂ ਆ ਜੀ ਜੀ ਜੀ। ਹਾਂਜੀ ਜੀ ਜੀ ਜੀ। ਅਤੇ ਆਹ ਮੇਰੀ ਫੋਟੋ ਆ, ਜਵਾਨੀ ਬਾਰੇ ਦੀ ਫੋਟੋ ਆ ਜੀ, ਅਤੇ ਰਿਸ਼ਵ ਸਿੰਘ ਨਾਗਰਾ ਪਿੰਡ ਜੱਬੋਆ ਜੀ, ਜਵਾਨੀ ਦੀ ਫੋਟੋ ਆ ਜੀ। ਅਤੇ ਇਹ ਮੇਰੇ ਦੋ ਬੱਚਿਆਂ ਦੀ ਫੋਟੋ ਹੈਗੀ ਆ, ਇਹਦਾ ਨਾਮ ਗੁਰਮੁਖ ਸਿੰਘ ਆ ਜੀ, ਅਤੇ ਇਹਦਾ ਨਾਮ ਜਸਵੀਰ ਸਿੰਘ ਆ। ਬੜੇ ਬਚਪਨ ਤੋਂ ਬੱਚਿਆਂ ਦੀ ਫੋਟੋ ਜੀ ਜੀ। ਇਹ ਵੀ ਮੇਰੇ ਇਹ ਮੇਰੇ ਪੋਤੇ ਪੋਤੀ ਦੀ ਫੋਟੋ ਆ ਜੀ। ਆਹ ਮੇਰਾ ਪੋਤਾ ਆ ਜੀ, ਅਤੇ ਆਹ ਮੇਰੀ ਪੋਤੀ ਆ ਜੀ, ਹੈ ਜੀ ਜੀ। ਅਤੇ ਆਹ ਫੋਟੋ ਆ ਮੇਰੀ ਆ ਰਿਸ਼ਵ ਸਿੰਘ ਜੀ ਜੀ, ਇਹਦਾ ਸੰਤੋਖ ਸਿੰਘ। ਅੱਛਾ, ਸੰਤੋਖ ਨਾਲ ਵੀ ਬਹੁਤ ਪਿਆਰ ਹੈ। ਹਾਂ, ਪਿਆਰ ਹੈ ਜੀ, ਬਿਲਕੁਲ ਪਿਆਰ ਹੈ, ਨਜ਼ਰ ਆਉਂਦੀਆਂ ਹੈ, ਬਿਲਕੁਲ ਪਿਆਰ ਹੈ ਜੀ। ਇਹ ਫੋਟੋ ਕਿਹੜੇ ਸਨ ਦੀ ਆ ਜਿਹੜੀ? ਇਹ ਫੋਟੋ ਦੀ ਆਪਾਂ ਗੱਲ ਕਰੀਏ ਜੀ। ਇਹ ਫੋਟੋ ਮੇਰਾ ਖਿਆਲ ਆ ਇੱਥੇ ਹੀ ਕੁਲਵਿੰਦਰ ਸਿੰਘ ਦੀ ਗੁੱਡੀ ਦਾ ਜੱਬੋਵਾਲ ਕੁਲਵਿੰਦਰ ਸਿੰਘ ਗੁੱਡੀ ਦਾ ਵਿਆਹ ਹੋਇਆ ਸੀਗਾ ਜੀ ਜੀ, ਅਤੇ ਉਸ ਵੇਲੇ ਕੁਝ ਚਾਰ ਸਾਲ ਮੇਰਾ ਖਿਆਲ ਇੰਨੀ ਕੁ ਪੁਰਾਣੀ ਹੋਣੀ ਆ ਜੀ, ਹੈ ਨਾ ਜੀ, ਰਿਸ਼ਵ ਸਿੰਘ ਹੈ ਜੀ। ਅਤੇ ਆਹ ਜਿਹੜੀ ਫੋਟੋ ਹੈਗੀ ਆ ਜੀ, ਅਤੇ ਇਹਨਾਂ ਦਾ ਨਾਂ ਹੈਗਾ ਆ ਅਜੀਤ ਸਿੰਘ ਜੀ ਜੱਬੋਵਾਲ ਜੀ, ਅਤੇ ਸੰਤੋਖ ਸਿੰਘ ਆ ਜੀ, ਆਹ ਮੈਂ ਰੇਸ਼ਮ ਸਿੰਘ ਆ, ਆਹ ਕੁਲਵਿੰਦਰ ਸਿੰਘ ਸੰਤੋਖ ਸਿੰਘ ਦੇ ਵੱਡੇ ਭਾਈ ਪਿੰਡ ਜੱਬੋਵਾਲ ਜੀ ਜੀ ਜੀ। ਹਾਂਜੀ ਜੀ, ਇਹ ਫੋਟੋ ਇਹ ਆ ਜੀ। ਹਾਂਜੀ, ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਗਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਸਾਥੀਓ, ਅੱਜ ਉਸ ਮਹਾਨ ਸ਼ਖਸੀਅਤ ਦੇ ਮਾਲਕ ਪਿੰਡ ਜੱਬੋਵਾਲ ਦੇ ਜੰਮਪਾਲ, ਜਿਹੜੇ ਤਕਰੀਬਨ 17 ਸਾਲ ਦੇ ਲਗਭਗ ਉਮਰ ਦੇ ਦੌਰਾਨ
ਪਿੰਡ ਮਾਹਲ ਗੈਲਾਂ ਤੋਂ ਸਿੱਖਿਆ ਮੁੱਢਲੀ ਪੜ੍ਹਾਈ ਲੈਣ ਉਪਰੰਤ ਇੰਗਲੈਂਡ ਦੇ ਵਿੱਚ ਜਾ ਵਸੇ। ਗੱਲ ਕਰਨ ਜਾ ਰਹੇ ਹੈਗੇ ਰੇਸ਼ਮ ਸਿੰਘ ਨਾਗਰਾ ਪਿੰਡ ਜੱਬੋਵਾਲ ਦੇ ਦਲੀਪ ਕੌਰ ਜੀ ਦੇ ਬੇਟੇ ਪਿਤਾ ਬਖਸ਼ੀਸ਼ ਸਿੰਘ ਜੀ ਦੇ ਸਪੁੱਤਰ ਜਿਹੜੇ ਹੈਗੇ ਆ ਪਿੰਡ ਜੱਬੋਵਾਲ ਦੀ ਧਰਤੀ ਦੇ ਉੱਪਰ ਪਹੁੰਚੇ, ਜਿਨ੍ਹਾਂ ਨੇ ਬਹੁਤ ਵੱਡੀ ਤਦਾਦ ਦੇ ਅੰਦਰ ਪਿੰਡ ਜੱਬੋਵਾਲ ਨੂੰ ਕਰੋੜਾਂ ਰੁਪਈਆਂ ਦੇ ਨਾਲ ਇੱਕ ਸੁਸਾਇਟੀ ਦਾ ਗਠਨ ਕੀਤਾ ਗਿਆ। ਰੇਸ਼ਮ ਸਿੰਘ ਵੈਲਫੇਅਰ ਸੁਸਾਇਟੀ ਪਿੰਡ ਜੱਬੋਵਾਲ ਦੇ ਵਿੱਚ ਵੱਡੀਆਂ ਧੂਮਾਂ ਪਾਉਂਦੀ ਜਾ ਰਹੀ ਹੈਗੀ ਹੈ। ਅੱਜ ਸਿੱਧੀਆਂ ਮੁਲਾਕਾਤਾਂ ਰੇਸ਼ਮ ਸਿੰਘ ਨਾਗਰਾ ਜੀ ਨਾਲ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਵਿਦੇਸ਼ ਤੋਂ ਆ ਕੇ ਪਿੰਡ ਜੱਬੋਵਾਲ ਦੇ ਵਿੱਚ ਦੁਬਾਰਾ ਫਿਰ ਵੱਡੀਆਂ ਜਿਹੜੀਆਂ ਰਕਮਾਂ ਹੈਗੀਆਂ ਆ। ਜੇ ਗੱਲ ਕਰੀ ਪਿਆਰੇ ਸਥਿਓ ਕਬਰਸਤਾਨ ਦੀ, ਕਬਰਸਤਾਨ ਨੂੰ 2.5 ਲੱਖ ਦੀ ਜਿਹੜੀ ਰਕਮ ਰਾਸ਼ੀ ਹੈਗੀ ਆ ਉਹ ਅਦਾ ਕੀਤੀ ਆ। ਰੇਸ਼ਮ ਸਿੰਘ ਨਾਗਰਾ ਸਮੇਂ ਸਮੇਂ 'ਤੇ ਬਹੁਤ ਵੱਡੀਆਂ ਪਿੰਡ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ। ਰੇਸ਼ਮ ਸਿੰਘ ਨਾਗਰਾ ਜੀ ਦੇਸ਼ ਸੇਵਕ ਦੇ ਉੱਪਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਗਰਾ ਸਾਹਿਬ, ਅੱਜ ਪੰਜਾਬ ਦਾ ਉਹ ਮਸ਼ਹੂਰ ਪਿੰਡ ਜੱਬੋਵਾਲ, ਜਿਹਦੇ ਵਿੱਚ ਸੂਰਮਿਆਂ ਨੇ, ਭਲਵਾਨਾਂ ਨੇ, ਯੋਧਿਆਂ ਨੇ ਜਨਮ ਲਿਆ, ਅਤੇ ਸਾਂਝੀ ਵਾਲਤਾ ਦਾ ਜਿਹੜਾ ਪ੍ਰਚਾਰ ਹੈਗਾ ਆ, ਜਿਹੜਾ ਪਿਆਰ ਹੈਗਾ ਆ, ਅਕਸਰ ਹੀ ਪਿੰਡ ਜੱਬੋਵਾਲ ਦੇ ਵਿੱਚ ਨਜ਼ਰ ਆਉਂਦਾ। ਪਿੰਡ ਜੱਬੋਵਾਲ ਦੇ ਵਿੱਚ ਜਨਮ ਹੋਇਆ, ਇੰਗਲੈਂਡ ਦੇ ਵਿੱਚ ਜਾ ਕੇ ਵਸੇ, ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇੱਕ ਸੁਸਾਇਟੀ ਪਿੰਡ ਦੇ ਵਿੱਚ ਬਣਾਈ ਜਾਵੇ ਜਿੱਥੇ ਮੇਰੀ ਜਨਮ ਭੂਮੀ ਹੈਗੀ ਆ? ਜ਼ਰੂਰ ਉਹਦੇ ਬਾਰੇ ਜਿਹੜੇ ਵਿਚਾਰ ਹੈਗੇ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕਰੋ ਜੀ। ਮੈਨੂੰ ਨਾ ਇੱਕ ਵਾਰੀ ਵਿਚਾਰ ਆਇਆ ਜੀ ਕਿ ਕੁਛ ਐਸਾ ਕਰਮ ਕਰਕੇ ਜਾਣਾ ਜੀ ਜਿਹਦੇ ਵਿੱਚ ਦੁਨੀਆ ਨੇ ਹੋਰ ਵੀ ਮੇਰੇ ਖਿਆਲਾਂ ਨੂੰ ਜਾਣ ਕੇ ਜੀ ਤਾਂ ਇਸ ਪਾਸੇ ਨੂੰ ਆ ਸਾਤੋਂ ਮਹਾਰਾਜ ਦਾ ਸ਼ੁਕਰਾਨਾ ਕਰਨ ਜੀ। ਅਤੇ ਇੱਕ ਇੰਗਲਿਸ਼ ਦਾ ਵਰਡਿੰਗ ਆ ਡਸਟ ਟੂ ਡਸਟ ਜੀ। ਅਸੀਂ ਮਿੱਟੀ ਦੇ ਵਿੱਚੋਂ ਪੈਦਾ ਹੋਏ ਹੋਏ ਹਾਂ ਜੀ, ਔਰ ਅਸੀਂ ਵਾਪਸ ਮਿੱਟੀ 'ਚ ਮਿਲ ਜਾਂਦੇ ਹਾਂ ਜੀ ਜੀ, ਪਰ ਅਸੀਂ ਕੁਛ ਐਸਾ ਕਰਮ ਨਹੀਂ ਕਰਦੇ ਜੀ ਜੋ ਕਿ ਸਾਨੂੰ ਕਰਨਾ ਚਾਹੀਦਾ ਕਿ ਕਿਸ ਚੀਜ਼ ਲਈ ਪਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਜੀ, ਉਹਦਾ ਕੀ ਵਜ੍ਹਾ ਸੀ ਜੀ। ਅਤੇ ਇਸ ਹਿਸਾਬ ਦੇ ਨਾਲ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿਉਂਕਿ ਅਸੀਂ ਹਾਂ ਤਕਰੀਬਨ ਆਪਣੇ ਬਾਪ ਤੋਂ ਲੈ ਕੇ ਪੜਦਾਦਾ ਤੱਕ ਸਾਨੂੰ ਪਤਾ ਹੁੰਦਾ ਉਹਨਾਂ ਦੇ ਨਾਵਾਂ ਦਾ ਜੀ, ਇਸ ਤੋਂ ਵੱਧ ਸਾਨੂੰ ਕੋਈ ਪਤਾ ਨਹੀਂ ਸਾਡੇ ਗ੍ਰੇਟ ਪੜਦਾਦਾ ਜੀ ਕੌਣ ਸੀ ਜੀ, ਅਤੇ ਉਸ ਤੋਂ ਬਾਅਦ ਸਾਨੂੰ ਕੋਈ ਗਿਆਨ ਨਹੀਂ ਹੈਗਾ। ਇਹ ਵਿਚਾਰ ਨੂੰ ਲੈ ਕੇ ਮੈਨੂੰ ਪਰਮਾਤਮਾ ਦੇ ਅੱਗੇ ਨਮਸਕਾਰ ਕੀਤੀ, ਇਹ ਸੱਚਿਆ ਪਾਤਸ਼ਾਹ ਮੈਨੂੰ ਐਸੀ ਬੁੱਧੀ ਬਖਸ਼ਿਸ਼ ਦੇ ਕਿ ਮੈਂ ਕੀ ਕਰ ਸਕਦਾ ਜੀ। ਫਿਰ ਮੇਰੇ ਮਨ 'ਚ ਖਿਆਲ ਆਇਆ ਜੀ ਕਿ ਚਲੋ ਵੀ ਆਪਾਂ ਐਜੂਕੇਸ਼ਨ ਵੱਲ ਨੂੰ ਤੁਰ ਸਕਦੇ ਹਾਂ। ਮੈਂ ਮੀਟਿੰਗਾਂ ਵੀ ਇੱਥੇ 2-4 ਮੀਟਿੰਗਾਂ ਵੀ ਕਿਸੇ ਥਾਂ 'ਤੇ ਕੀਤੀਆਂ ਜਾ ਕੇ ਜੀ, ਅਤੇ ਉਸ ਤੋਂ ਬਾਅਦ ਗੱਲ ਆ ਗਈ। ਉਸ ਤੋਂ ਬਾਅਦ ਜਿਹੜਾ ਸੀਗਾ ਪੈਸਾ ਜੀ ਉਹ ਮੇਰੇ ਮਨ 'ਚ ਇੱਦਾਂ ਵਿਚਾਰ ਹੋ ਗਈ ਵੀ ਮੈਂ 1 ਕਰੋੜ ਰੁਪਈਆ ਜੀ ਕਰਾਂ ਜੀ। ਅਤੇ ਆਪਣੇ ਦੋਸਤਾਂ ਨਾਲ ਵੀ ਇਹ ਚੀਜ਼ ਮੈਂ ਸਾਂਝੀ ਕੀਤੀ, ਉਹ ਕਹਿੰਦੇ ਜੀ ਇਹ ਤਾਂ ਬਹੁਤ ਅੱਛਾ ਆਦਮੀ ਜੇ ਹੋ ਸਕੇ ਤਾਂ ਜੀ। ਅਤੇ ਕਿਉਂਕਿ ਮੈਂ ਮਿਹਨਤ ਬਹੁਤ ਕੀਤੀ ਆ ਉਸ ਕੰਟਰੀ ਦੇ ਵਿੱਚ, ਇੰਗਲੈਂਡ ਦੇ ਵਿੱਚ ਇੰਨੀ ਮਿਹਨਤ ਕੀਤੀ ਆ ਜਿੰਨੀ ਕਿ ਕੋਈ ਕਰ ਨਹੀਂ ਸਕਦਾ ਜੀ। ਅਤੇ ਇਸ ਤੋਂ ਬਾਅਦ ਔਰ ਉਸ ਮਿਹਨਤ ਦਾ ਫਲ ਇਹ ਮੈਨੂੰ ਮਿਲਿਆ ਜੀ, ਅਤੇ ਮੈਂ ਇੱਧਰ ਨੂੰ ਤੁਰਿਆ ਜੀ, ਅਰਦਾਸ ਕੀਤੀ ਪਰਮਾਤਮਾ ਅੱਗੇ। ਪਰ ਜਦੋਂ ਮੇਰੇ ਕੋਲ 1 ਕਰੋੜ ਰਾਸ਼ੀ ਹੋ ਗਈ ਜੀ, ਅਤੇ ਉਸ ਤੋਂ ਬਾਅਦ ਮੇਰੇ ਪਾਸ
ਕੁਛ ਐਸਾ ਨਹੀਂ ਬਚਿਆ ਜੀ। ਫਿਰ ਮਨ 'ਚ ਖਿਆਲ ਆਇਆ, ਆਪਣੇ ਇੱਕ ਦੋਸਤ ਦੇ ਨਾਲ ਸਲਾਹ ਕੀਤੀ, ਮੈਂ ਕਿਹਾ ਜੀ ਮੈਂ 75 ਲੱਖ ਕਰ ਸਕਦਾ, ਇਸ ਤੋਂ ਵੱਧ ਮੇਰੇ ਤੋਂ ਹੋਣਾ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕੁਛ ਬਚ ਨਹੀਂ ਰਿਹਾ ਜੀ। ਮੇਰੇ ਦੋਸਤ ਨੇ ਉਸਨੇ ਕਿਹਾ ਜੀ, ਉਹ ਮੇਰੇ ਨਾਨਕਿਆਂ ਤੋਂ ਘਰਾਂ 'ਚੋਂ ਮੇਰਾ ਮਾਮਾ ਲੱਗਦਾ ਸੀ, ਉਹਨਾਂ ਦਾ ਨਾਮ ਵੀ ਨਾਮ ਉਹਨਾਂ ਦਾ ਸੁਰਿੰਦਰ ਸਿੰਘ ਜੀ ਜੀ। ਸੁਰਿੰਦਰ ਸਿੰਘ ਕਹਿੰਦਾ ਇੱਦਾਂ ਕਰਦੇ ਹਾਂ ਕਿ ਮੈਂ 25 ਲੱਖ ਰੁਪਈਆ ਜੀ ਤੈਨੂੰ ਦੇ ਦਿੰਦਾ ਜੀ, ਅਤੇ ਤੂੰ ਇਸ ਤਰ੍ਹਾਂ ਕਰੋੜ ਕਰ ਦੇ ਜੀ। ਅਤੇ ਫਿਰ ਉਹਨਾਂ ਨੇ ਮੈਨੂੰ ਆਖਿਆ ਕਿ ਵੀ ਭਾਵੇਂ ਤੂੰ ਮੈਨੂੰ 10-10 ਪਾਉਂਡ ਕਰਕੇ ਜਾਂ 50-50, 20-20 ਕਰਕੇ ਮੋੜ ਦੇਈ ਮੋੜ ਦੇਈ ਜੀ। ਮੈਂ ਥੋੜ੍ਹੇ ਟਾਈਮ ਲਈ ਚੁੱਪ ਕਰ ਗਿਆ ਜੀ, ਅਤੇ ਸੁਰਿੰਦਰ ਸਿੰਘ ਨੇ ਮੈਨੂੰ ਕਿਹਾ, ਮਾਮਾ ਜੀ ਨੇ, ਕਿ ਤੂੰ ਤਾਂ ਚੁੱਪੇ ਕਰ ਗਿਆ ਜੀ। ਮੈਂ ਫਿਰ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਇਹ ਚੀਜ਼ ਮੈਂ ਤੇ ਤੂੰ ਨਹੀਂ ਲੈ ਸਕਦਾ ਜੀ। ਹੋ ਸਕਦਾ ਮੈਂ 6 ਮਹੀਨੇ ਮੇਰੀ ਜ਼ਿੰਦਗੀ ਹੋਵੇ, ਸਾਲ ਹੋਵੇ, 2 ਸਾਲ ਹੋਵੇ ਜੀ ਜੀ, ਅਗਰ ਮੈਂ ਉਹ ਪੈਸੇ ਲੈ ਕੇ ਨਹੀਂ ਮੋੜ ਸਕਿਆ ਜੀ, ਤਾਂ ਤੁਹਾਡੇ ਘਰ ਦੇ ਵਿੱਚ ਲੜਾਈ ਸ਼ੁਰੂ ਹੋ ਜਾਣੀ ਆ ਜੀ, ਕਿ ਜੇ ਤੂੰ ਨਹੀਂ ਪੈਸੇ ਦਿੰਦਾ ਤਾਂ ਸਾਡਾ ਪੈਸਾ ਮਰਦਾ ਨਹੀਂ ਸੀਗਾ, ਉਹਨਾਂ ਸਾਡੇ ਬੱਚਿਆਂ ਨੂੰ ਚਲੇ ਜਾਣਾ ਜੀ। ਅਤੇ ਉਹਨਾਂ ਨੇ ਵੀ ਕਹਿੰਦੇ ਵੀ ਕੀ ਕਰ ਸਕਦੇ ਆ ਫਿਰ ਜੀ। ਫਿਰ ਕਹਿੰਦਾ ਲੱਖਾਂ ਦੀਆਂ ਚੀਜ਼ਾਂ ਲੱਖਾਂ 'ਚ ਰਹਿੰਦੀਆਂ, ਕਰੋੜ ਕਰੋੜ ਹੁੰਦਾ ਆ ਜੀ। ਫਿਰ ਮੈਂ ਉਹਨਾਂ ਨੂੰ ਆਖਿਆ ਜੀ ਕਿ ਚਲੋ ਤੁਸੀਂ ਇੰਨਾ ਵੇਲੇ ਕਰਦੇ ਸੀ, ਤਾਂ ਮੈਂ ਸੋਚ ਕੇ ਇਹ ਕੀਤਾ ਕਿ ਹੁਣ ਮੈਂ ਤੁਹਾਤੋਂ ਵੀ ਨਹੀਂ ਪੈਸੇ ਲੈਣੇ ਜੀ, ਮੈਂ ਦਾਤਾ ਅੱਗੇ ਅਰਦਾਸ ਕਰੂੰਗਾ ਜੀ। ਉਹ ਤਾਂ ਜਲ ਤੋਂ ਥਲ ਕਰ ਦਿੰਦੇ ਆ, ਥਲ ਤੋਂ ਜਲ ਕਰ ਦਿੰਦੇ ਆ, ਅਤੇ ਹੁਣ ਮੈਂ ਕਰੋੜੇ ਕਰ ਦੇਣਾ। ਉਹ ਬੜੇ ਖੁਸ਼ ਹੋਏ ਕਿ ਬਈ ਤੁਸੀਂ ਸਾਡਾ ਮਾਣ ਰੱਖ ਲਿਆ, ਕਿਉਂਕਿ ਦੇਖੋ ਕਿੱਡੀ ਸੁਰਿੰਦਰ ਸਿੰਘ ਜੀ ਦਾ ਵੀ ਬੜਾ ਪੁੰਨ ਹੈ, ਬਹੁਤ ਬਹੁਤ ਬੜੇ ਸਤਿਕਾਰਯੋਗ ਆ ਜਿਨ੍ਹਾਂ ਨੇ ਤੁਹਾਨੂੰ ਇੱਕ ਰਸਤਾ ਦੇ ਦਿੱਤਾ। ਹਾਂਜੀ, ਅਤੇ ਇਹ ਵੀ ਬਹੁਤ ਵੱਡਾ ਜਿਗਰਾ ਕਿ 25 ਲੱਖ ਦੀ ਕਹਿਣਾ ਵੀ ਮੇਰੇ ਕੋਲੋਂ ਲੈ ਲਏ ਭਾਈ ਬੰਦੀ ਫਿਰ ਮੋੜ ਦੇਈ ਹੋ। ਹਾਂਜੀ, ਤੁਹਾਡੇ ਅੰਦਰ ਇੱਕ ਵਿਚਾਰ ਪੈਦਾ ਕਰ ਦਿੱਤਾ ਵੀ ਨਹੀਂ 75 ਲੱਖ ਨਹੀਂ ਹਾਂਜੀ ਕਰੋੜ ਨੂੰ ਵੱਲ ਤੁਰੀਏ। ਹਾਂ, ਮੈਂ ਉਹਨਾਂ ਨੂੰ ਆਖਿਆ ਹੁਣ ਮੈਂ ਕਰੋੜੇ ਕਰ ਦੇਣਾ ਜੀ। ਅਤੇ ਸੁਬਹਾ ਦੂਸਰੇ ਦਿਨ ਮੈਂ ਸੁਬਹਾ ਉੱਠਿਆ ਜੀ, ਨਹਾਤਾ ਧੋਤਾ ਸ਼ਾਵਰ ਲਿਆ ਜੀ, ਅਤੇ ਜਪਜੀ ਸਾਹਿਬ ਦਾ ਪਾਠ ਕੀਤਾ ਜੀ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਜੀ ਅਰਦਾਸ ਕੀਤੀ ਜੀ, ਹੇ ਮਾਲਕਾ ਤੂੰ ਤਾਂ ਘੱਟ ਘੱਟ ਦਾ ਜਾਣੇ ਆ, ਅਤੇ ਹੇ ਸੱਚੇ ਪਾਤਸ਼ਾਹ ਮੈਂ ਹੁਣ ਕਰੋੜ ਕਰਨ ਲੱਗਾ, ਪਰ ਮੈਨੂੰ ਕਿਸੇ ਦੇ ਅੱਗੇ ਹੱਥ ਨਾ ਖੋਲ੍ਹਣਾ ਪੈ ਜਾਏ ਕਿ ਹੁਣ ਮੇਰੇ ਕੋਲ ਪੈਸਾ ਨਹੀਂ ਹੈਗਾ ਜੀ। ਸ਼ਾਇਦ ਮੈਨੂੰ ਇੱਦਾਂ ਲੱਗਦਾ ਜਦੋਂ ਤੁਸੀਂ ਸੱਚੇ ਦਿਲੋਂ ਅਰਦਾਸ ਕਰਦੇ ਹਾਂ ਜੀ, ਤਾਂ ਪਰਮਾਤਮਾ ਇੰਨਾ ਬੱਚਾ ਨਹੀਂ ਕਿ ਉਹ ਤੁਹਾਡੀ ਅਰਦਾਸ ਨਾ ਜਾਣੇ ਜੀ ਜੀ। ਔਰ ਮੇਰੀ ਅਰਦਾਸ ਮੇਰੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਿੱਧੀ ਚਲ ਗਈ ਜੀ ਜੀ ਜੀ, ਔਰ ਮੈਨੂੰ ਬੜੀ ਖੁਸ਼ੀ ਆ ਜੀ। ਅਤੇ ਅੱਜ ਦੀ ਤਰੀਕ ਦੇ ਵਿੱਚ ਜੀ ਬਹੁਤ ਕੁਛ ਮਾਲਕ ਨੇ ਮੇਰੇ ਕੋਲ ਫੇਰ ਦੇ ਦਿੱਤਾ, ਉਹ ਕਰੋੜ ਵੀ ਹੋ ਗਿਆ ਅਤੇ ਵੈਲਫੇਅਰ ਸੋਸਾਇਟੀ ਵੀ ਬਣ ਗਈ ਜੀ, ਅਤੇ ਅੱਜ ਚੱਲ ਰਹੀ ਆ, ਅਤੇ ਬੱਚੇ ਸਾਡੇ ਆ 14-15 ਬੱਚੇ ਜਿਹੜੇ ਪ੍ਰਾਈਵੇਟ ਸਕੂਲ ਦੇ ਵਿੱਚ ਜੀ ਪੜ੍ਹ ਰਹੇ ਆ ਜੀ। ਅਤੇ ਉਸ ਤੋਂ ਬਾਅਦ ਜਿੰਨੀਆਂ ਵੀ ਲੜਕੀਆਂ ਦੇ ਸ਼ਾਦੀ ਹੁੰਦੀ ਹਰ ਸਾਲ ਜੀ, ਹਰ ਬੱਚੀ ਨੂੰ ਜੀ
5100 ਰੁਪਈਆ ਸ਼ਗਨ ਦਿੱਤਾ ਜਾਂਦਾ ਆ ਜਦੋਂ ਉਹਨਾਂ ਦੀ ਡੋਲੀ ਉੱਠਦੀ ਆ। ਬਸ ਇਹ ਤੁਹਾਡੇ ਵੱਲੋਂ ਤੁਹਾਡੀ ਮਤਲਬ ਤੁਹਾਡੀ ਤੁਹਾਡਾ ਜਾਂ ਤੁਹਾਡੀ ਸੁਸਾਇਟੀ, ਤੁਸੀਂ ਉਹਦੇ ਚੇਅਰਮੈਨ ਪਰਸਨ ਹੋ। ਹਾਂਜੀ, ਰੇਸ਼ਮ ਸਿੰਘ ਵੈਲਫੇਅਰ ਜਿਹੜੀ ਸੁਸਾਇਟੀ ਆ। ਜੀ 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 ਹਾਂਜੀ। ਅਤੇ ਇਸ ਤੋਂ ਬਾਅਦ ਹੋਰ ਕਾਫੀ ਕੁਛ ਆ ਜੀ, ਕਿਉਂਕਿ ਮਤਲਬ ਬਹੁਤ ਚੀਜ਼ਾਂ ਕਮੇਟੀ ਕਰ ਰਹੀ ਆ ਜੀ। ਅਤੇ ਜਦੋਂ ਗੁਰਪੁਰਬ ਹੁੰਦਾ ਆ ਜੀ ਤਾਂ ਉੱਥੇ ਵੀ 5100 ਦਿੱਤਾ ਜਾਂਦਾ ਜੀ, ਗੁਰਦੁਆਰਿਆਂ ਮੰਦਰਾਂ ਦੇ ਵਿੱਚ ਵੀ ਦਿੱਤਾ ਜਾਂਦਾ ਜੀ, ਅਤੇ ਹੋਰ ਵੀ ਆ ਪਿੰਡ ਦੇ ਭਲੇ ਲਈ ਵੀ ਕਾਫੀ ਆ, ਜਿੱਦਾਂ ਕਿ ਮੋੜਾਂ ਦੇ ਉੱਤੇ ਸ਼ੀਸ਼ੇ ਲਗਾਏ ਗਏ ਆ ਕਿਸੇ ਕੇ ਐਕਸੀਡੈਂਟ। ਬਿਲਕੁਲ, ਬਹੁਤ ਵੱਡਾ ਉਪਰਾਲਾ, ਕਿਉਂਕਿ ਜਿਹੜਾ ਸਮਾਂ ਆ ਉਹ ਕਿਸੇ ਦੇ ਕੋਲ ਨਹੀਂ ਹੁੰਦਾ। ਹਾਂਜੀ, ਉਹਦੀ ਰਫਤਾਰ ਬਹੁਤ ਤੇਜ਼ ਹੈ, ਇੱਧਰ ਵਾਲਾ ਵੀ ਤੇਜ਼ ਹੈ ਉੱਧਰ ਵਾਲਾ ਵੀ ਤੇਜ਼ ਹੈ। ਰੇਸ਼ਮ ਸਿੰਘ ਨਾਗਰਾ ਦੀ ਵੈਲਫੇਅਰ ਸੁਸਾਇਟੀ ਨੇ ਪਿੰਡ ਦੇ ਵਿੱਚ ਜਿਹੜੇ ਸ਼ੀਸ਼ਿਆਂ ਦਾ ਬਹੁਤ ਵੱਡਾ ਉਪਰਾਲਾ ਕਰਕੇ ਦਿਖਾਇਆ। ਮੈਂ ਇੱਕ ਹੋਰ ਚੀਜ਼ ਯਾਦ ਆਉਂਦੀ ਹੈ ਕਿ ਇੱਥੇ ਬਹੁਤ ਹੀ ਸੁੰਦਰ ਪਾਰਕ ਬਣੀ ਹੈਗੀ ਹੈ, ਉਸ ਪਾਰਕ ਦੇ ਵਿੱਚ ਬਹੁਤ ਵਧੀਆ ਲਾਈਟ ਲਗਾਈ ਹੈਗੀ ਹੈ, ਜਿਹੜੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲਾਈਟਾਂ, ਵੱਡੀਆਂ ਜਿਹੜੀਆਂ ਪੋਲ ਦੇ ਉੱਪਰ ਲਾਈਟਾਂ ਲਗਾਈਆਂ, ਉਹ ਵੀ ਬਹੁਤ। ਜੀ ਜੀ, ਮੈਂ ਜਿਹੜੀ ਵੈਲਫੇਅਰ ਸੁਸਾਇਟੀ ਦੇ ਜੀ ਮੈਂਬਰ ਆ ਜੀ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੀ, ਜਿਹੜੇ ਇਹਨਾਂ ਨੇ ਕਿ ਕੋਈ ਪੈਸਾ ਨਹੀਂ ਲੈਂਦੇ, ਜਿਨ੍ਹਾਂ ਨੇ ਫਿਰ ਵੀ ਉੱਦਮ ਕਰਕੇ ਆਪਣਾ ਟਾਈਮ ਛੱਡ ਕੇ ਵੀ ਉਹ ਇਸ ਪਾਸੇ ਨੂੰ ਪੂਰਾ ਕਰਦੇ ਆ। ਹਾਂਜੀ, ਅਤੇ ਹੋਰ ਵੀ ਆ, ਜਦੋਂ ਮੈਂ ਹੁਣ ਵੀ ਆਇਆ ਸੀਗਾ ਜੀ, ਮੈਂ ਦੱਸਣ ਲੱਗਾ, ਅਤੇ ਸਾਡੇ ਸ਼ਮਸ਼ਾਨ ਘਾਟ ਦੇ ਵਿੱਚ ਕੰਮ ਰੁਕ ਗਿਆ ਸੀਗਾ ਜੀ ਜੀ ਜੀ, ਅਤੇ ਮੈਨੂੰ ਜਿੱਦਣ ਆਏ ਨੂੰ ਇੱਕ ਦਿਨ ਹੋਇਆ ਸੀ, ਦੂਏ ਦਿਨ ਜੀ, ਅਤੇ ਮੈਂ ਉਹਨਾਂ ਨੂੰ ਪੁੱਛਿਆ ਜੀ, ਮੈਂ ਕਿਹਾ ਬਾਬਾ ਜੀ ਇਹ ਕੰਮ ਰੁਕ ਗਿਆ ਕੀ ਕਾਰਨ ਆ ਜੀ, ਉਹਨਾਂ ਨੇ ਕਿਹਾ ਕਿ ਸ਼ਾਇਦ ਸਾਡੇ ਕੋਲ ਇਤਨਾ ਪੈਸਾ ਜੀ ਜੀ ਜੀ, ਕਿਉਂਕਿ ਸ਼ਾਰਟੇਜ ਹੈ, ਪ੍ਰੋਜੈਕਟ ਵੀ ਵੱਡਾ ਹੈਗਾ ਉਹਦੇ ਕਾਰਨ ਵੱਡਾ ਸ਼ਾਰਟੇਜ ਹੈ ਜੀ ਜੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਤੇ ਕਿਸੇ ਕੰਮ ਨੂੰ ਵੀ ਅਸੀਂ ਸ਼ੁਰੂ ਕਰੀਏ ਜੀ ਜੀ, ਤਾਂ ਬਾਬਾ ਜੀ ਉਹ ਰੁਕਣਾ ਨਹੀਂ ਚਾਹੀਦਾ। ਵਾਹ ਜੀ ਵਾਹ। ਤੇ ਉਹ ਕਹਿੰਦੇ ਕੀ ਕਰੀਏ, ਮੈਂ ਕਿਹਾ ਜੀ ਤੁਸੀਂ ਫਿਰ ਮੈਨੂੰ ਇਦਾਂ ਦੱਸੋ ਜੀ ਇਹ ਕਿੰਨੇ ਕੁ ਦਾ ਪੈਸੇ ਨਾਲ ਚੱਲ ਸਕਦਾ ਜੀ ਜੀ ਜੀ। ਉਹਨਾਂ ਨੇ ਮੈਨੂੰ ਕਿਹਾ ਜੀ ਵੀ 2 ਲੱਖ ਰੁਪਏ ਦੇ ਵਿੱਚ ਜੀ ਇਹ ਪੂਰਾ ਹੋ ਸਕਦਾ ਜੀ ਲਗਭਗ ਜੀ, ਤੇ ਪਰਮਾਤਮਾ ਨੇ ਮੇਰੇ ਮੂੰਹ ਤੋਂ ਮੇਰੇ ਉਹ ਲਫ਼ਜ਼ ਕਢਾਇਆ ਤੇ ਬਾਬਾ ਜੀ ਇੱਦਾਂ ਕਰੋ ਤੁਸੀਂ ਸ਼ੁਰੂ ਕਰੋ ਜੀ ਜੀ, ਇਸ ਕੰਮ ਨੂੰ ਸਿਰੇ ਲਾਓ, ਤੇ ਤੁਸੀਂ 2 ਲੱਖ ਮੈਨੂੰ ਕਿਹਾ, ਮੈਂ ਤੁਹਾਨੂੰ 2.5 ਲੱਖ ਰੁਪਈਆ ਵਾਹ ਜੀ ਵਾਹ ਜੀ ਜੀ ਦਿੰਦਾ। ਦੇਖੋ ਕਿੰਨੀ ਆਪਾਂ ਇਹ ਦੇਖਿਆ ਜਾਵੇ ਨਾਗਰ ਸਾਹਿਬ, ਕਿੰਨੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਿ ਆਪਾਂ ਨਗਰ ਦੇ ਹਰ ਕੰਮ ਦੇ ਵਿੱਚ ਆਪਣੀ ਜਿਹੜੀ ਇਹ ਕਿਰਤ ਦੀ ਕਮਾਈ ਹੈ, ਭਾਵ ਆਪਣੀ ਜਿਹੜੀ 10-9 ਦੀ ਕਮਾਈ ਜਿਹੜੀ ਹੈਗੀ ਹੈ, ਆਪਾਂ ਰਾਤ ਦਿਨ ਸੇਵਾ ਕਰਕੇ ਜਿਹੜਾ ਪੈਸਾ ਜੋੜਿਆ ਹੈਗਾ ਆਪਣੀ ਨੇਕ ਕਮਾਈ ਦੇ ਵਿੱਚੋਂ, 2 ਲੱਖ ਰੁਪਈਆ ਦਾਨ ਕਰਨਾ, ਇਹਦੇ ਵਾਸਤੇ ਵੀ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਜੀ। ਹਾਂਜੀ, ਮੈਂ ਮਿਹਨਤ ਇੰਨੀ ਕੀਤੀ ਆ ਜੀ, ਤਕਰੀਬਨ 19 ਸਾਲ ਜੀ ਮੈਂ ਡਬਲ ਨੌਕਰੀ ਕਰ ਗਿਆ ਹਾਂ। ਅੱਛਾ ਜੀ। ਉਸ ਦੀ ਬਖਸ਼ਿਸ਼ ਦੇ ਨਾਲ ਜੀ ਮਹਾਰਾਜ ਨੇ 12 ਘੰਟੇ ਦੀ ਸ਼ਿਫਟ ਲਾਇਆ ਨੀ ਜੀ, 12 ਘੰਟੇ ਦੀ ਸ਼ਿਫਟ ਲਾ ਕੇ ਤਾਂ ਫਿਰ ਪਾਰਟ ਟਾਈਮ ਜੋਬ ਕਰਨੀ, ਇੱਦਾਂ ਕਰਕੇ ਮੈਂ ਬਹੁਤ ਕਿੰਨਾ ਟਾਈਮ ਕਰਦੇ ਸੀ ਉਹ ਜੀ, ਉਹ ਜੇ 12 ਘੰਟੇ ਦਿਨ ਨੂੰ ਕੰਮ ਕਰਦਾ ਫਿਰ ਉੱਠ ਕੇ 4-4 ਘੰਟੇ ਦਿਨ ਨੂੰ, ਅਸੀਂ 3 ਦੋਸਤ ਹੁੰਦੇ ਸੀ, ਸੌਂਦੇ ਕਦੋਂ ਸੀ ਤੇ ਕੋਈ ਸੌਣ ਦਾ ਮੈਂ ਕਹਿ ਨਹੀਂ ਸਕਦਾ, ਦਾਤਾ ਨੇ ਹਿੰਮਤ ਨਹੀਂ ਦਿੱਤੀ, ਜੇ 1 ਘੰਟਾ ਸੌਣ ਨੂੰ ਮਿਲ ਗਿਆ ਤਾਂ ਵੀ ਠੀਕ ਆ ਜੀ। ਹੈ ਜੀ, ਇਸ ਤਰ੍ਹਾਂ ਆ। ਫਿਰ ਜੀ ਮੈਂ ਕਾਫੀ ਦੇਰ, ਫਿਰ ਮੈਂ 3.5 ਸਾਲ
ਜੀ, ਉੱਥੇ ਇੰਗਲੈਂਡ ਦੇ ਵਿੱਚ ਆਲ ਓਵਰ ਟੈਕਸੀ ਚਲਾਈ। ਵਾਹ ਜੀ। ਜੇ ਮੈਂ 12 ਘੰਟੇ ਦਿਨ ਨੂੰ ਕੰਮ 'ਤੇ ਲਾਉਂਦਾ ਸੀਗਾ ਤਾਂ ਸਾਰੀ ਰਾਤ ਮੈਂ ਟੈਕਸੀ ਦੇ ਵਿੱਚ ਲਾ ਦੇਣੀ। ਜਿਹੜਾ ਮੇਰਾ ਸੌਣ ਦਾ ਟਾਈਮ ਸੀਗਾ ਉਹ ਟੈਕਸੀ ਦੇ ਵਿੱਚ, ਜਿਹੜੇ ਮੈਨੂੰ ਕਦੀ 10 ਮਿੰਟ ਮਿਲਣੇ, ਕਦੀ 20 ਮਿੰਟ ਵੀ ਮਿਲ ਜਾਂਦੇ ਸੀਗੇ, ਤਾਂ ਉਹ ਟੈਕਸੀ ਦੇ ਵਿੱਚ ਹੀ ਸੌਂ ਲੈਣਾ। ਉਸ ਤੋਂ ਬਾਅਦ ਫਿਰ ਸ਼ਨੀਵਾਰ ਆ ਜਾਂਦਾ ਸੀਗਾ, 6 ਤੋਂ 12 ਮੈਂ ਫਿਰ ਕੰਮ 'ਤੇ ਲੱਗਣਾ ਹੁੰਦਾ ਸੀ, 6 ਤੋਂ 12 ਫਿਰ ਕੰਮ ਕਰਕੇ ਫਿਰ 1 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਫਿਰ ਸੌਣਾ। ਇਹ ਮਤਲਬ 30 ਘੰਟੇ ਵੀ ਲਗਾਤਾਰ, ਮੈਂ ਕਹਿਣਾ ਬਹੁਤ ਸਕਾਲਾ, 30 ਘੰਟੇ ਵੀ ਮੈਂ ਲਗਾਤਾਰ ਕੰਮ ਕੀਤਾ। ਬਹੁਤ ਵੱਡੀ ਮਿਹਨਤ ਕੀਤੀ ਆ। ਬਹੁਤ ਹਾਂਜੀ, ਬਹੁਤ। ਮੈਂ ਇਹ ਸੋਚਦਾ ਨਾਗਰਾ ਸਾਹਿਬ, ਕਿਤੇ ਤੁਹਾਡੇ ਮਨ ਦੇ ਅੰਦਰ ਇਹ ਫੁਰਨਾ ਸਾ ਕਿ ਮੈਂ ਮਿਹਨਤ ਇਸ ਤਰੀਕੇ ਨਾਲ ਕਰਨੀ ਆ ਕਿ ਇੱਥੋਂ ਦਾ ਪੈਸਾ ਆਪਣੀ ਜਨਮ ਭੂਮੀ ਲੈ ਕੇ ਜਾਣਾ। ਬਹੁਤ ਬਹਾਦਰੀ ਹੈ ਕਿ ਇੰਗਲੈਂਡ ਦਾ ਪੈਸਾ ਇੱਥੇ ਪਿੰਡ ਜੱਬੋਵਾਲ ਦੇ ਵਿੱਚ 1 ਕਰੋੜ ਰੁਪਈਆ ਲਗਾ ਦੇਣਾ। ਬਹੁਤ ਵੱਡਾ ਵਡੱਪਣ ਹੋਣਾ ਚਾਹੀਦਾ। ਜਿਹੜੀ ਪੰਚਾਇਤ ਹੈ, ਹਾਂਜੀ, ਉਹਨਾਂ ਨੇ ਕਦੇ ਤੁਹਾਡਾ ਮਾਣ ਤਾਣ ਕੀਤਾ? ਹਾਂਜੀ, ਚਲੋ ਪੰਚਾਇਤ ਨੇ ਠੀਕ ਆ, ਸਮੇਂ ਸਮੇਂ ਦੇ ਅਨੁਸਾਰ ਨਾ ਉਹ ਇੱਦਾਂ ਕਹਿੰਦੇ ਆ, ਵਧੀਆ ਕੰਮ ਕੀਤਾ ਤੁਸੀਂ ਜੀ ਜੀ, ਤੁਹਾਡੀ ਸੋਚ ਚੰਗੀ ਆ ਜੀ। ਇਸ ਨਗਰ ਦੇ ਸਾਰੇ ਵਿਅਕਤੀ ਜੀ ਮੇਰੀ ਇੱਜ਼ਤ ਕਰਦੇ ਆ, ਛੋਟੇ ਤੋਂ ਲੈ ਕੇ ਵੱਡੇ ਤੱਕ। ਜਦੋਂ ਮੈਂ ਤੁਰਿਆ ਜਾਂਦਾ, ਸਕੂਲ ਦੇ ਬੱਚੇ ਆ ਜੀ, ਉਹ ਸ਼ਾਇਦ ਉਹਨਾਂ ਦੇ ਮਾਂ ਬਾਪ ਨੇ ਦੱਸਿਆ ਕਿ ਉਹ ਜਿਹੜਾ ਬਾਬਾ ਜੀ ਆ ਤੁਹਾਡਾ, ਹਾਂਜੀ, ਉਹ ਸਾਡਾ ਅੰਕਲ ਤੁਹਾਡਾ ਬਾਬਾ ਜੀ ਆ। ਤਾਂ ਬੱਚੇ ਛੋਟੇ ਛੋਟੇ ਵੀ, ਮੈਂ ਉਹਨਾਂ ਬੱਚਿਆਂ ਨੂੰ ਨਹੀਂ ਪਛਾਣਦਾ ਭਈ ਇਹ ਕਿਹਦੇ ਬੱਚੇ ਆ, ਪਰ ਬੱਚੇ ਦੋਨੇ ਹੱਥ ਜੋੜ ਕੇ ਬਾਬਾ ਜੀ ਸਤਿ ਸ੍ਰੀ ਅਕਾਲ, ਉਹ ਬਾਬਾ ਜੀ ਸਤਿ ਸ੍ਰੀ ਅਕਾਲ ਕਰਕੇ। ਕਿੰਨੀ ਰਿਸਪੈਕਟ ਦੇਖੋ ਵੱਧ ਜਾਂਦੀ ਆ ਜੇ ਆਪਾਂ ਸੇਵਾ ਕਰਦੇ ਹਾਂ ਅਤੇ ਉਹਦੇ ਲਈ। ਜਿਹੜੀ ਹੁਣ ਇਸ ਟਾਈਮ ਮੌਜੂਦਾ ਪੰਚਾਇਤ ਹੈ, ਉਹਨਾਂ ਨੇ ਕਦੇ ਘਰ ਬੁਲਾ ਕੇ ਜਾਂ ਕਿਤੇ ਵੀ ਤੁਹਾਡਾ ਸਤਿਕਾਰ ਜਾਂ ਜੀ ਆਇਆਂ ਆਖਿਆ ਕਿ ਇੰਨਾ ਵੱਡਾ ਕੰਮ ਦੇਣਾ, ਇੰਨੀ ਵੱਡੀ ਸੇਵਾ ਕਰਨੀ ਨਗਰ ਦੇ ਲਈ? ਕਿਉਂਕਿ ਜਿਸ ਤਰ੍ਹਾਂ ਪੰਚਾਇਤ ਕੰਮ ਕਰਦੀ ਆ, ਦੇਖਿਆ ਜਾਵੇ ਤੁਹਾਡਾ ਵੀ ਉਸੇ ਤਰ੍ਹਾਂ ਕੰਮ ਹੈ, ਉੱਪਰ ਲੈ ਕੇ ਜਾਣਾ ਪਿੰਡ ਨੂੰ, ਉਹਨਾਂ ਦੀ ਸੋਚ ਵੀ ਉੱਪਰ ਲੈ ਕੇ ਜਾਣਾ, ਤੁਹਾਡੀ ਸੋਚ ਵੀ ਉੱਪਰ ਲੈ ਕੇ ਜਾਣਾ, ਇੱਕ ਰਿਸਪੈਕਟ ਦੇਣੀ ਹੁੰਦੀ ਆ। ਇੱਦਾਂ ਦਾ ਕਦੇ ਕੁਛ ਹੋਇਆ? ਹਾਂ, ਬਹੁਤ ਉਹਨਾਂ ਨੇ ਮੇਰੀ ਰਿਸਪੈਕਟ ਕੀਤੀ ਆ। ਮੈਨੂੰ ਸਰਪੰਚ ਜੀ ਨੇ, ਹੋਰ ਵੀ ਉਹਨਾਂ ਦੇ ਨਾਲ ਬਹੁਤ ਹੀ ਸੁਲਝੇ ਹੋਏ ਇਨਸਾਨ ਸੀਗੇ ਜੀ ਜੀ, ਅਤੇ ਉਹਨਾਂ ਨੇ ਮੇਰੀ ਬੜੀ ਰਿਸਪੈਕਟ ਕੀਤੀ ਆ, ਅਤੇ ਚਾਹ ਪਾਣੀ ਹਰ ਚੀਜ਼ ਦੀ ਉਹਨੇ ਮੇਰੀ ਰਿਸਪੈਕਟ ਕੀਤੀ ਆ, ਸ਼ਾਬਾਸ਼ੇ ਵੀ ਉਹਨੇ ਮੈਨੂੰ ਦਿੱਤੀ ਆ, ਅਤੇ ਸਰੋਪਾ ਵੀ ਮੈਨੂੰ ਦਿੱਤਾ, ਅਤੇ ਇੰਨਾ ਮਾਣ ਮੈਨੂੰ ਬਖਸ਼ਿਆ, ਅਤੇ ਮੈਂ ਹਰ ਗੱਲ ਦਾ ਰੀਣੀ ਆ ਉਹਨਾਂ ਨੇ ਕਿ ਇੰਨੇ ਬਖਸ਼ੇ। ਮੈਂ ਜੋ ਮੈਨੂੰ ਪਰਮਾਤਮਾ ਨੇ ਵੀ ਬਹੁਤ ਉਹਦੇ ਸਿਰ 'ਤੇ, ਕਿਉਂਕਿ ਦੇਖੋ ਇੰਨੀ ਉਮਰ ਦੇ ਵਿੱਚ ਵੀ ਜੀ ਜੀ, ਨਾ ਤਾਂ ਮੈਨੂੰ ਥਕਾਵਟ ਮਹਿਸੂਸ ਹੁੰਦੀ ਆ ਜੀ, ਵਾਹ ਜੀ ਵਾਹ, ਹੈ ਜੀ ਜੀ, ਅਤੇ ਸਿਹਤ ਬਹੁਤ ਵਧੀਆ ਆ ਜੀ, ਇੰਨੀ ਉਮਰ ਦੇ ਵਿੱਚ ਵੀ ਮੈਂ ਬਿਲਕੁਲ ਠੀਕ ਠਾਕ। ਨਗਰਾ ਸਾਹਿਬ, ਲਾਈਫ ਦੇ ਅੰਦਰ ਜਿਹੜੀ ਰੀਤ ਚੱਲੀ ਜਾਂਦੀ ਹੈ ਕਿ ਪਰਿਵਾਰ ਨੂੰ ਇਨਸਾਨ ਸੋਚਦਾ ਆ ਅਤੇ ਆਪਣੇ ਗ੍ਰਸਥ ਜੀਵਨ ਨੂੰ ਸੋਚਦਾ ਆ, ਪਰ ਜਿਹੜਾ ਪਿੰਡ ਦੇ ਲਈ ਸੋਚਣਾ ਹੈਗਾ ਆ, ਜਿਹੜਾ ਨਗਰ ਦੇ ਲਈ ਸੋਚਣਾ, ਭਾਵ ਕਿ 1 ਕਰੋੜ ਰੁਪਈਆ ਜਮ੍ਹਾਂ ਕਰਾ ਦੇਣਾ, ਉਹਦਾ ਵਿਆਜ ਪਿੰਡ ਦੇ ਵਿੱਚ ਲਗਾਉਣਾ, ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਗੁਰੂ ਘਰਾਂ ਦੇ ਵਿੱਚ ਜਦੋਂ ਪ੍ਰਕਾਸ਼ ਪੁਰਬ ਮਨਾਏ ਜਾਂਦੇ ਆ, 5100 ਰੁਪਇਆ ਦੇਣਾ, ਲੜਕੀ ਜਿਹੜੀ ਧੀ ਧਿਆਣੀ ਉਹਦੀ ਡੋਲੀ ਜਦੋਂ ਵਿਦਿਆ ਹੁੰਦੀ ਆ, 5100 ਰੁਪਇਆ ਦੇ ਦੇਣਾ, ਅਤੇ ਮੰਦਰ ਦੇ ਵਿੱਚ ਪ੍ਰੋਗਰਾਮ ਹੈ ਉੱਥੇ 5100 ਰੁਪਇਆ ਦੇ ਦੇਣਾ ਹੈਗਾ। ਇਹ ਜਿਹੜੀ 5151 ਵਾਲੀ ਰੀਤ ਚੱਲੀ ਆ ਰਹੀ ਹੈਗੀ ਹੈ, ਜਦੋਂ ਵਿਦੇਸ਼ਾਂ 'ਚ ਬੈਠੇ ਕਿਤੇ ਸਾਡੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਸਾਡੀਆਂ ਖਬਰਾਂ ਰਾਹੀਂ ਵੇਖਦੇ ਹੋ ਕਿ ਰੇਸ਼ਮ ਸਿੰਘ ਨਾਗਰਾ, ਸਾਡੀ ਅਖਬਾਰ ਦੇਸ਼ ਸੇਵਕ ਦੇ ਵਿੱਚ ਲੱਗੀਆਂ ਖਬਰਾਂ ਨੂੰ ਪੜ੍ਹਦੇ ਹੋ ਕਿ ਰੇਸ਼ਮ ਸਿੰਘ ਨਾਗਰਾ ਨੇ ਪਿੰਡ ਦੇ ਵਿੱਚ ਆ ਇੰਨਾ ਸਹਿਯੋਗ
ਪਿੰਡ ਵੜਦਿਆਂ ਸਾਰ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਜੀ ਆਇਆਂ। ਵੈਲਫੇਅਰ ਸੁਸਾਇਟੀ ਰੇਸ਼ਮ ਸਿੰਘ ਨਾਗਰਾ ਜੀ ਦਾ ਸਵਾਗਤ ਜਿਹੜਾ ਪਿੰਡ ਦੇ ਵਿੱਚ ਜਿੰਨੇ ਵੀ ਆਉਂਦੇ ਆ ਸੱਜਣਾਂ ਦੇ ਵੱਲੋਂ ਕੀਤਾ ਜਾ ਰਿਹਾ, ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋ ਵਿਦੇਸ਼ ਦੇ ਉੱਪਰ ਬੈਠੇ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਆ ਜੀ? ਬਹੁਤ ਹੀ ਖੁਸ਼ੀ ਮਹਿਸੂਸ ਹੁੰਦੀ ਆ, ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ, ਕਿਉਂਕਿ ਸਾਤੋਂ ਚੰਗਾ ਕਰਮ ਨਹੀਂ ਹੁੰਦਾ ਹੈਗਾ। ਮੈਂ ਤਾਂ ਇਹ ਕਹਾਂਗਾ ਕਿ ਮੈਂ ਨਹੀਂ ਕਰ ਰਿਹਾ ਹੈਗਾ, ਇਹ ਜਿਹੜਾ ਪਰਮਾਤਮਾ ਆ ਸਾਡੇ ਅੰਦਰ ਵੀ ਵੱਸਦਾ ਆ, ਅਸੀਂ ਕਦੀ ਝਾਤੀ ਮਾਰ ਕੇ ਦੇਖਿਆ ਹੀ ਨਹੀਂ, ਪਰਮਾਤਮਾ ਸਾਡੇ ਅੰਦਰ ਹੀ ਆ, ਪਰਮਾਤਮਾ ਬਾਹਰ ਨਹੀਂ ਹੈਗਾ ਕਿਤੇ ਵੀ। ਉਹ ਮੈਂ ਇਹ ਸਮਝਦਾ, ਇਹ ਮੇਰੀ ਸੋਚ ਆ ਕਿ ਜੋ ਕੁਛ ਵੀ ਹੋ ਰਿਹਾ ਜਾਂ ਕਰਵਾ ਰਿਹਾ ਉਹ ਮੇਰੇ ਸੱਚੇ ਪਾਤਸ਼ਾਹ ਕਰਵਾ ਰਿਹਾ, ਮੈਂ ਕਰ ਨਹੀਂ ਰਿਹਾ ਉਹ ਕਰਵਾ ਰਿਹਾ, ਔਰ ਮੈਂ ਜੋ ਵੀ ਚੀਜ਼ ਨੂੰ ਕਰਦਾ ਖੁਸ਼ ਹੋ ਕੇ ਕਰਦਾ। ਕਿਉਂਕਿ ਤੁਹਾਨੂੰ ਇੱਕ ਹੋਰ ਚੀਜ਼ ਦੱਸਦੇ ਹਾਂ ਜੀ, ਅਤੇ ਹੁਣ ਮੈਂ ਉੱਥੇ ਸੁੱਤਾ ਪਿਆ ਸੀਗਾ ਇੰਗਲੈਂਡ ਦੇ ਵਿੱਚ, ਤਾਂ ਸੁੱਤੇ ਪਏ ਨੂੰ ਮੈਨੂੰ ਅੱਖ ਮੇਰੀ ਖੁੱਲ੍ਹ ਗਈ, ਤਾਂ ਵਿਚਾਰਾਂ ਦੇ ਵਿੱਚ ਪੈ ਗਿਆ, ਅਤੇ ਮੈਨੂੰ ਇੱਕ ਸੁਫਨਾ ਕਹਿ ਲਓ ਆਇਆ, ਜਾਂ ਕਹਿ ਲਓ ਉਹ ਪਰਮਾਤਮਾ ਨੇ ਖੁਦ ਮੈਨੂੰ ਇੱਕ ਚੀਜ਼ ਲਈ ਉੱਧਰ ਨੂੰ ਸੋਚ ਦਿੱਤੀ ਕਿ ਹੁਣ ਤੂੰ ਪੁੱਤਰਾ ਤੇਰੀ ਡਿਊਟੀ ਅੱਜ, ਹੁਣ ਤੈਨੂੰ ਮੈਂ ਭੇਜਣ ਲੱਗਾ ਇੰਡੀਆ ਦੇ ਵਿੱਚ, ਅਤੇ ਮੈਨੂੰ ਹਲੇ ਆਏ ਨੂੰ 14-15 ਕੁ ਦਿਨ ਹੋਏ ਆ, ਅਤੇ ਉਸੇ ਵਿੱਚ ਮੈਨੂੰ ਇਹ ਕਿਹਾ ਗਿਆ ਕਿ ਹੁਣ ਤੂੰ ਨਾ ਪਿੰਗਲਵਾੜੇ ਲਈ ਵੀ ਕੁਛ ਕਰ ਜੀ ਜੀ, ਅਤੇ ਉਹਦੇ ਲਈ ਕੁਛ ਕਰ, ਜਿੱਦਾਂ 35-40 ਕੁ ਪਰਿਵਾਰ ਮੈਨੂੰ ਲੱਗਦਾ 35 ਉਹ ਫਿਰ ਜੀ ਮੈਂ ਉਹਨਾਂ ਦੇ ਪਾਸ ਗਿਆ ਜੀ ਜੀ, ਅਤੇ ਮੇਰਾ ਭਤੀਜਾ ਮੇਰੇ ਨਾਲ ਗਿਆ ਜੀ, ਉਹਨਾਂ ਦਾ ਨਾਂ ਸੁਖਪ੍ਰੀਤ ਆ। ਅੱਛਾ ਜੀ। ਅਤੇ ਉਹ ਮੇਰੇ ਨਾਲ ਗਏ, ਅਤੇ ਫਿਰ ਉੱਥੇ ਜਾ ਕੇ ਅਸੀਂ ਉਹਨਾਂ ਦਾ ਜਿਹੜਾ ਹੈੱਡ ਸੀਗਾ ਉਹਦੇ ਨਾਲ ਵਿਚਾਰ ਕੀਤੀ ਗਈ, ਅਤੇ ਅਸੀਂ ਇੱਦਾਂ ਕਰਨਾ ਚਾਹੁੰਦੇ ਹਾਂ, ਉਹ ਕਹਿੰਦੇ ਜੀ ਬੜੀ ਖੁਸ਼ੀ ਆ ਜੀ। ਅਤੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਸਾਨੂੰ ਤੁਸੀਂ ਦੱਸੋ, ਉਹਨਾਂ ਨੇ ਕਿਹਾ 1 ਲੱਖ ਤੋਂ ਉੱਤੇ ਆ, ਮੈਂ ਰਸਦ ਬਣ ਜਾਣੀ ਹੈ, 1 ਲੱਖ ਤੋਂ ਉੱਪਰ ਬਣੂਗੇ ਜੀ ਜੀ। ਮੈਂ ਉਹਨਾਂ ਨੂੰ ਕਿਹਾ ਤੁਸੀਂ ਕੁਛ ਗੱਲ ਨਹੀਂ ਹੈਗੀ, ਜੇ 1 ਲੱਖ ਤੋਂ ਉੱਤੇ ਹੋਇਆ ਕੋਈ ਗੱਲ ਨਹੀਂ, ਪਰ ਆਪਾਂ ਕਰਨਾ ਆ, ਜਾਣੀ ਕਿ ਰਾਸ਼ਨ ਸਮੱਗਰੀ ਜਿਹੜੀ ਹੈਗੀ ਹੈ ਹਾਂਜੀ, ਉਹ ਸਾਰੇ ਜਿਹੜੇ ਸਾਡੇ ਭਰਾ ਹੈਗੇ ਉੱਥੇ ਮਤਲਬ ਪਿੰਗਲਵਾੜਾ ਦੇ ਵਿੱਚ। ਹਾਂਜੀ ਬਿਲਕੁਲ। ਦੇਖੋ ਇਹ ਵੀ ਨਾਗਰਾ ਜੀ ਬਹੁਤ ਵੱਡਾ ਇਹ ਦੇਖਿਆ ਜਾਵੇ ਸੇਵਾ ਭਾਵ ਹੈ ਕਿ ਉਹ ਜਿਹੜੇ ਉੱਥੇ ਪ੍ਰਾਣੀ ਰਹਿ ਰਹੇ ਹੈਗੇ ਆ, ਜਿਹੜੇ ਸਾਡੇ ਉੱਥੇ ਵੀਰੇ ਰਹਿ ਰਹੇ ਹੈਗੇ ਆ ਜਾਂ ਭੈਣਾਂ ਦੇ ਰੂਪ ਦੇ ਵਿੱਚ ਜਿਵੇਂ ਵੀ ਜਿਹੜੇ ਸਾਡੇ ਉੱਥੇ ਸਤਿਕਾਰਯੋਗ ਰਹਿੰਦੇ ਹੈਗੇ, ਉਹਨਾਂ ਦਾ ਜਿਹੜਾ ਰਾਸ਼ਨ ਹੈਗਾ ਉਹ NRI ਭਰਾ ਚਲਾਉਂਦੇ ਆ, ਸਾਡੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀਰੇ ਚਲਾਉਂਦੇ ਆ। NRI ਭਰਾਵਾਂ ਦਾ ਪਹਿਲੇ ਦਿਨ ਤੋਂ ਬਹੁਤ ਵੱਡਾ ਸਹਿਯੋਗ ਰਿਹਾ ਹੈਗਾ ਆ, ਅਤੇ ਉਹਨਾਂ ਪਰਿਵਾਰਾਂ ਨੂੰ ਲੱਖਾਂ ਦਾ ਜਿਹੜਾ ਰਾਸ਼ਨ ਹੈਗਾ ਆ ਉਹ ਮੁਹੱਈਆ ਕਰਵਾਉਣਾ, ਇਹ ਵੀ ਬਹੁਤ ਜਿਹੜੀ ਸੇਵਾ ਹੈਗੀ ਆ ਆਪ ਜੀ ਦੇ ਝੋਲੀ ਦੇ ਵਿੱਚ ਪਈ ਹੈ। ਪਰਮਾਤਮਾ ਇੰਝ ਲੱਗਦਾ ਕਿ ਬੰਦੇ ਚੁਣਦਾ। ਹਾਂਜੀ ਉਹ ਬਸ ਉਹ ਜੀ ਜੀ ਹਾਂਜੀ ਜੀ, ਕਿਉਂਕਿ ਅਸੀਂ ਇੱਕ ਕੋਖਦੇ ਨਹੀਂ ਜੀ, ਪਰਮਾਤਮਾ ਐਸੀ ਸ਼ਕਤੀ ਆ, ਵਾਹ ਜੀ ਵਾਹ, ਜੇ ਤੁਸੀਂ ਸੱਚੇ ਦਿਲੋਂ ਜੀ ਅਤੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਜੀ ਜੀ, ਤਾਂ ਉਹ ਰਸਤਾ ਵੀ ਤੁਹਾਨੂੰ ਉਹ ਦਿਖਾਉਂਦਾ। ਅਸੀਂ ਕਈ ਵਾਰੀ ਇਹ ਸੋਚੀਦਾ ਕਿ ਨਹੀਂ ਜੀ ਸਾਨੂੰ ਇੱਦਾਂ ਕਰਨਾ ਚਾਹੀਦਾ ਇੱਦਾਂ ਕਰਨਾ ਚਾਹੀਦਾ, ਪਰ ਨਹੀਂ ਜੀ, ਮੈਂ ਮੇਰੀ ਇਹ ਸੋਚ ਆ ਕਿ ਤੁਸੀਂ ਉਹਨੂੰ ਯਾਦ ਰੱਖੋ ਪਰਮਾਤਮਾ ਨੂੰ ਜੀ, ਕਿਉਂਕਿ ਜਿਵੇਂ ਕਿ ਕਾਫੀ ਦੇਰ ਮੈਨੂੰ 32 ਸਾਲ ਹੋ ਗਏ
ਵਾਹ ਜੀ ਵਾਹ। ਤੇ ਮੈਂ ਜਪਜੀ ਸਾਹਿਬ ਦਾ ਪਾਠ ਮਿਸ ਨਹੀਂ ਕਰਦਾ ਜੀ ਜੀ, ਔਰ ਕਰਦਾ ਵੀ ਨਾ ਕੇ ਆ। ਵਾਹ ਜੀ ਵਾਹ। ਔਰ ਜਿਹੜੇ ਦੇਖੋ ਆਪਣੇ ਵੱਲੋਂ ਕੋਸ਼ਿਸ਼ ਕਰਦਾ ਮੈਂ ਜੀ ਜੀ, ਜਿਹੜੇ ਉਹ ਵਸਤਰ ਵੀ ਮੈਂ ਪਾਉਣਾ ਜੀ ਜੀ, ਤੇ ਉਹ ਦਿਨ ਨੂੰ ਕਦੀ ਉਹਨਾਂ ਨੂੰ ਹੱਥ ਨਹੀਂ ਲਾਇਆ, ਅਲੱਗ ਵਸਤਰ। ਯਾਨੀ ਕਿ ਪਿਆਰੇ ਗੁਰੂ ਸਾਹਿਬਾਨ ਨੇ ਇੰਨਾ ਕਹਿ ਕਿ ਹਰ ਕੰਮ ਦੇ ਵਿੱਚ ਸੁੱਚਮ ਰੱਖਣੀ ਹੈ, ਸੁੱਚਮ ਰੱਖਣੀ, ਕੋਸ਼ਿਸ਼ ਕਰਦਾ ਵੀ ਸੁੱਚਮ। ਵਾਹ ਜੀ ਵਾਹ। ਰੱਖਣੀ ਆ। ਔਰ ਦੇਖੋ ਕਿਸੇ ਵੀ ਇਨਸਾਨ ਨੂੰ ਕਹਿੰਦਾ ਜੀ, ਦਿਲੋਂ ਪਰਮਾਤਮਾ ਨੂੰ ਯਾਦ ਕਰਕੇ ਦੇਖੋ, ਨੌ ਨਿੱਧਾਂ ਅਤੇ 12 ਸਿੱਧਾਂ ਤੁਹਾਡੀਆਂ ਹੋ ਜਾਣੀਆਂ। ਅਤੇ ਇਸ ਕਰਕੇ ਮੈਨੂੰ ਖੁਸ਼ੀ ਆ ਕਿ ਪਰਮਾਤਮਾ ਨੇ ਮੈਨੂੰ ਇਹ ਮੌਕਾ ਦਿੱਤਾ ਜੀ, ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਪਹਿਲਾਂ। ਅਤੇ ਇੱਕ ਹੋਰ ਚੀਜ਼ ਤੁਹਾਨੂੰ ਦੱਸਦੇ ਹਾਂ ਜੀ, ਮੈਂ ਕਿਹਾ ਇਹ ਸੱਚੇ ਪਾਤਸ਼ਾਹ ਜੀ, ਲੋਕ ਮਰਨੇ ਤੋਂ ਡਰਦੇ ਆ। ਵਾਹ ਜੀ ਵਾਹ। ਅਸੀਂ ਕਹਿੰਦੇ ਹੋਰ ਉਮਰ ਦੇ ਦੇ। ਮੈਂ ਇਹ ਅਰਦਾਸ ਕਰਦਾ ਜਦੋਂ ਵੀ ਮੈਂ ਪਾਠ ਕਰਕੇ, ਪਰਮਾਤਮਾ ਸੱਚਿਆ ਪਾਤਸ਼ਾਹ ਮੈਂ ਤਿਆਰ ਹਾਂ ਜੀ, ਮੈਂ ਜ਼ਿੰਦਗੀ ਬਹੁਤ ਅੱਛੀ ਜੀ ਲਈ ਆ, ਮੈਂ ਤਿਆਰ ਹਾਂ, ਜਦ ਮੈਨੂੰ ਹੁਕਮ ਹੋਵੇ ਮੈਂ ਚੱਲਣ ਨੂੰ ਤਿਆਰ ਹਾਂ। ਪਰ ਸ਼ਾਇਦ ਮੇਰੇ ਸੱਚੇ ਪਾਤਸ਼ਾਹ ਇਹ ਕਹਿ ਰਿਹਾ, ਪੁੱਤਰਾ ਹਲੇ ਤਾਂ ਮੈਂ ਤੇਰੇ ਤੋਂ ਬਹੁਤ ਕਾਰਜ ਕਰਾਉਣੇ ਆ ਜੀ ਜੀ ਜੀ, ਹੈਂਜੀ, ਹਲੇ ਤਾਂ ਤੂੰ ਆਰਾਮ ਕਰ। ਨਾਗਰਾ ਸਾਹਿਬ, ਜਿਹੜੀ ਜਨਮ ਔਰ ਮੌਤ ਹੈਗੀ ਹੈ ਹਾਂਜੀ, ਇਹ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਦੇ ਹੱਥ ਦੇ ਵਿੱਚ ਹੈ। ਕਿਉਂਕਿ ਇਹ ਬਹੁਤ ਵਧੀਆ ਲੱਗਦਾ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਕੇ। ਇਹ ਜਿਹੜਾ ਰੁਪਈਆ ਕਰੋੜ ਰੁਪਈਆ ਸੁਸਾਇਟੀ ਬਣਾ ਕੇ, ਕਰੋੜ ਤੋਂ ਵੱਧ ਹੈ ਜੀ, ਮੈਂ ਦੇਖਿਆ 4-5 ਲੱਖ ਉੱਪਰ ਹੈ ਸਮਾਂ। ਅਤੇ ਇਹ ਜਿਹੜਾ ਰੁਪਈਆ ਸੁਸਾਇਟੀ ਦੇ ਵਿੱਚ ਇਸੇ ਤਰ੍ਹਾਂ ਹੀ ਪਿਆ ਰਹੇਗਾ, ਫਿਕਸ ਰਹੇਗਾ ਇਹ ਜੀ? ਦੇਖੋ ਜੀ ਜੀ, ਇੱਕ ਇਸ ਤਰ੍ਹਾਂ ਮੈਂ ਇਹਨੂੰ ਰੱਖਿਆ ਗਿਆ ਜੀ ਥਰੂ ਦਾ ਸੋਲੀਸੀਟਰ ਜੀ, ਕਿ ਅਗਰ ਮੈਨੂੰ ਪਤਾ ਜੀ, ਫਰਜ਼ ਕਰ ਲਓ ਅੱਜ ਮੈਂ ਇਸ ਦੁਨੀਆ ਤੋਂ, ਜੇ ਮੈਂ ਸੋਚ ਕੇ ਨਾ ਚੱਲਾਂ ਜੀ, ਅੱਜ ਮੈਂ ਇਸ ਦੁਨੀਆ ਤੋਂ ਚੱਲ ਜਾਂਦਾ ਜੀ, ਕੱਲ੍ਹ ਨੂੰ ਮੇਰੇ ਬੱਚੇ ਆਉਂਦੇ ਆ ਜੀ, ਅਤੇ ਉਹ ਆ ਕੇ, ਵਕਤ ਦਾ ਪਤਾ ਨਹੀਂ ਹੁੰਦਾ ਕਿ ਵਕਤ ਕੀ ਖੇਡਾਂ ਖੇਡਦਾ ਜੀ, ਤਾਂ ਉਹ ਵੀ ਕਹਿ ਸਕਦੇ ਆ ਬਈ ਇੱਦਾਂ ਕਰੋ ਜੀ, ਸਲਿਸਟਰ ਨੂੰ ਕਹਿ ਸਕਦੇ ਆ ਕਿਸੇ ਨੂੰ ਵੀ ਆ ਬਈ 30 ਲੱਖ ਤੁਸੀਂ ਲੈ ਲਓ, 70 ਲੱਖ ਸਾਨੂੰ ਦਵਾ ਦਿਓ ਜੀ, ਸਾਡੇ ਪੈਸਾ ਸਾਡੇ। ਇੱਕ ਵਿਚਾਰ ਦੀ ਗੱਲ ਕਰਦਾ ਜੀ ਕਿ ਸਾਡੇ ਬਾਪ ਦੇ ਪੈਸੇ ਆ ਜੀ, ਅਤੇ ਕੋਈ ਵੀ ਹੋਰ ਵੀ ਇੱਦਾਂ ਆ ਜਿਹੜਾ ਕਹਿ ਸਕਦਾ ਆ ਜੀ ਕੋਈ ਜੀ, ਅਤੇ ਔਰ ਜਿਸ ਨੂੰ ਸੋਲੀਸੀਟਰ ਨੂੰ ਆ 30 ਲੱਖ ਮਿਲ ਜਾਣਾ ਮਹੀਨੇ ਦੇ ਵਿੱਚ, ਉਹਨਾਂ ਲਈ ਵੱਡੀ ਗੱਲ ਆ ਜੀ, ਉਹਨਾਂ ਨੇ ਇਸ ਤਰ੍ਹਾਂ ਵੀ ਹੋ ਸਕਦਾ। ਉਹ ਜਿਹੜੇ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਗਿਆ ਕਿ ਇਹ ਇੱਦਾਂ ਹੀ ਪਿਆ ਰਹੂਗਾ ਜੀ ਜੀ ਜੀ, ਜਾਂ ਇਹਨੂੰ ਜੀ, ਮੈਂ ਤੁਹਾਨੂੰ ਇੱਕ ਯਕੀਨ ਦਵਾਉਣਾ ਜੀ ਜੀ, ਮੈਂ ਇਹ ਵਕੀਲਾਂ ਦੇ ਥਰੂ ਨਾਲ ਇੱਦਾਂ ਇਹ ਬਣਾਇਆ ਗਿਆ ਜੀ, ਅਗਰ ਅੱਜ ਦੀ ਤਰੀਕ ਦੇ ਵਿੱਚ ਜੀ ਇਹਦੇ 'ਚੋਂ 1,000 ਰੁਪਈਆ ਮੈਂ ਲੈਣਾ ਚਾਹਾਂ ਜੀ, ਤਾਂ ਮੈਂ ਵੀ ਨਹੀਂ ਲੈ ਸਕਦਾ, ਤੁਸੀਂ ਵੀ ਨਹੀਂ ਲੈ ਸਕਦਾ, ਹੱਕਦਾਰ ਮੈਂ ਵੀ ਨਹੀਂ ਹੱਕਦਾ ਜੀ, ਹੱਕਦਾਰ ਨੇ ਠੀਕ ਹੈ। ਇਸ ਕਰਕੇ ਇਹ ਜਿਹੜਾ ਪੈਸਾ ਜੀ, ਸ਼ਾਇਦ ਜਦ ਤੇ ਜੱਬੋਵਾਲ ਚੱਲੂਗਾ ਜੀ ਜੀ, ਇਹ ਪੈਸਾ ਇੱਦਾਂ ਇਵੇਂ ਚੱਲਦਾ ਰਹੂਗਾ। ਅਗਰ ਫਰਜ਼ ਕਰ ਲਓ ਸਾਡੀ 7-ਮੈਂਬਰੀ ਕਮੇਟੀ ਜਿਹਦਾ ਚੇਅਰਮੈਨ ਮੈਂ ਹਾਂ ਜੀ, ਅਤੇ ਅਗਰ ਕੱਲ੍ਹ ਨੂੰ ਮੈਂ ਚੱਲ ਜਾਂਦਾ ਇਸ ਦੁਨੀਆ 'ਚੋਂ, ਤਾਂ ਜਿਹੜੀ ਕਮੇਟੀ ਦੇ ਬਾਕੀ 6 ਮੈਂਬਰ ਆ ਉਹ ਇੱਕ ਬੰਦਾ ਹੋਰ ਚੁਣੂਗੇ, ਚੇਅਰਮੈਨ ਕਿਸੇ ਨੂੰ ਵੀ ਚੁਣੂਗੇ, ਤਾਂ ਉਹ ਇੰਝ ਹੀ ਇਹ ਕੰਮ ਰਹਿੰਦੀ ਦੁਨੀਆ ਤੱਕ ਜੱਬੋਵਾਲ, ਜਦ ਤੇ ਜੱਬੋਵਾਲ ਚੱਲਦਾ ਹੀ ਚੱਲੂਗਾ, ਪਰ ਜੱਬੋਵਾਲ ਸਦੀਆਂ ਤੋਂ ਚੱਲਦਾ ਆਇਆ ਔਰ ਚੱਲਦਾ ਰਹੇਗਾ, ਹੈ ਜੀ। ਤਾਂ ਇਹ ਇੱਦਾਂ ਹੀ ਆ, ਇਹ ਜਿਹੜਾ ਆ ਇਹਨੂੰ ਕੋਈ ਵੀ ਪੈਸੇ ਨੂੰ ਕਢਾ ਨਹੀਂ ਸਕਦਾ, ਚੁੱਕ ਨਹੀਂ ਸਕਦਾ ਜੀ ਜੀ, ਇਹ ਕੰਮ ਚੱਲਦਾ ਰਹੇਗਾ।
ਜਦੋਂ ਨਾਗਰਾ ਸਾਹਿਬ ਇਸ ਤਰ੍ਹਾਂ ਦੇ ਕਾਰਜ ਕਰਦੇ ਹੋ, ਪਿੰਡ ਦੇ ਵਿੱਚ ਵਿਚਰਦੇ ਹੋ, ਇਹ ਸੋਸ਼ਲ ਕੰਮ ਕਰਦੇ ਹੋ, ਮਨ ਨੂੰ ਸਕੂਨ ਤਾਂ ਬਹੁਤ ਮਿਲਦਾ ਹੋਵੇਗਾ? ਦੇਖੋ ਜੀ, ਮੈਨੂੰ ਦੂਸਰੇ ਪਰਸਨ ਦਾ ਤਾਂ ਕਿਸੇ ਦਾ ਪਤਾ ਨਹੀਂ ਕਿੰਨਾ ਸਕੂਨ ਹੁੰਦਾ ਹੋਵੇਗਾ। ਜਿੰਨਾ ਮੈਨੂੰ ਸਕੂਨ ਹੁੰਦਾ, ਸ਼ਾਇਦ ਮੇਰੇ ਕਰਮ ਅੱਛੇ ਆ ਜੀ, ਅਤੇ ਜੋ ਮੈਨੂੰ ਸਕੂਨ ਮਿਲਦਾ ਜਦੋਂ ਹੁਣ ਮੈਂ ਬਾਹਰ ਜਾਂਦਾ, ਹਰ ਇੱਕ ਜੱਬੋਵਾਲ ਦਾ ਇਨਸਾਨ ਆ, ਸਤਿ ਸ਼੍ਰੀ ਅਕਾਲ ਬੁਲਾ ਕੇ ਮੇਰੇ ਕੋਲੋਂ ਲੰਘਦਾ। ਨਗਰੇ ਇੱਕ ਸਵਾਲ ਹੋਰ ਹੈ, ਕਿਉਂਕਿ ਉਮਰ ਦੀ ਲਿਆਕਤ ਵੀ ਹੈ, ਹਾਂਜੀ, ਅੱਜ ਕਿੰਨੀ ਉਮਰ ਹੋ ਗਈ ਆ? ਦੇਖੋ ਜੀ, ਉਮਰ ਤਾਂ ਹੁਣ ਸਾਡੀ ਆ 80 ਦੇ ਲਾਗੇ ਆ, ਟੁੱਕਣ ਵਾਲੇ ਆ, ਹਾਂਜੀ ਹਾਂਜੀ। ਕਿਉਂਕਿ ਨਗਰ ਸਾਹਿਬ ਇਹਨਾਂ ਉਮਰਾਂ ਦੇ ਦੌਰਾਨ ਨੀਂਦ ਦਾ ਫਰਕ ਪੈ ਜਾਂਦਾ, ਇਹਨਾਂ ਉਮਰਾਂ ਦੇ ਦੌਰਾਨ ਇਹ, ਕਿਉਂਕਿ ਰੁਪਈਆ ਵੀ ਚਲੋ ਕਾਫੀ ਮੋਟਾ ਤੁਹਾਡੇ ਹੱਥਾਂ 'ਚ ਗੁਜ਼ਰਿਆ, ਹਾਂਜੀ ਬਹੁਤ, ਇਹ ਨੀਂਦ ਵਧੀਆ ਤਰੀਕੇ ਨਾਲ ਆ ਜਾਂਦੀ ਆ? ਨੀਂਦ ਵਧੀਆ ਤਰੀਕੇ ਨਾਲ ਆ ਜਾਂਦੀ ਆ। ਵਾਹ ਜੀ ਵਾਹ। ਜਦੋਂ ਮੈਨੂੰ ਹਰ ਚੀਜ਼ ਦੇ ਵਿੱਚ ਮੈਂ ਦਾਤਾ ਦਾ ਸ਼ੁਕਰਾਨਾ ਕਰਦਾ, ਕੋਈ ਚੀਜ਼ ਵੀ ਜਦੋਂ ਮੈਂ ਕਰਦਾ ਤਾਂ ਮੈਂ ਉਹਨਾਂ ਦਾ ਨਾਂ ਲੈ ਕੇ ਕਰਦਾ ਹਾਂ ਜੀ। ਨਗਰ ਸਾਹਿਬ, ਮੇਰੇ ਮਨ 'ਚ ਇਹ ਸਵਾਲ ਇਹ ਤਾਂ ਆਇਆ ਜੀ, ਕਿਉਂਕਿ ਇੰਨੀ ਉਮਰ ਦਾ ਹੋ ਜਾਣਾ, ਇੰਨਾ ਪੈਸਾ ਹੱਥਾਂ 'ਚ ਗਿਣ ਦੇਣਾ ਹੈਗਾ। ਕਈ ਵਾਰੀ ਮੈਂ ਬਹੁਤ ਦੇਖਿਆ ਵੀ ਸੱਜਣ ਰਾਤ ਨੂੰ ਨੀਂਦ ਵਾਲੀ ਗੋਲੀ ਖਾਂਦੇ ਆ, ਪਰ ਬੜੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਕਿ ਕਹਿੰਦੇ ਆਪਣੀ ਨੀਂਦ ਸੌਂਦੇ ਹੋ, ਆਪਣੀ ਨੀਂਦ ਉੱਠਦੇ ਹੋ। ਕਿਉਂ ਜੀ, ਪਹਿਲੀ ਗੱਲ ਤਾਂ ਇਹ ਆ ਜੀ ਕਿ ਮੈਂ ਕੋਈ ਨੀਂਦ ਦੀ ਗੋਲੀ ਅੱਜ ਤੱਕ ਖਾਧੀ ਨਹੀਂ ਹੈਗੀ, ਜਾਨੀ ਕਿ ਡਿਪਰੈਸ਼ਨ ਮਨ 'ਚ ਨਹੀਂ ਰਹਿੰਦੀ ਹੈਗੀ। ਡਿਪਰੈਸ਼ਨ ਮੈਨੂੰ ਆਉਂਦਾ ਹੀ ਨਹੀਂ, ਕਿਉਂਕਿ ਮੈਂ ਖੁਸ਼ ਰਹਿੰਦਾ, ਕਿਉਂਕਿ ਜਿਹੜੀ ਸੇਵਾ ਹੈਗੀ ਹੈ, ਸੇਵਾ ਦਾ ਮੈਂ ਦੇਖਿਆ ਨਾਗਰਾ ਜੀ ਕਿ ਅਸੀਂ ਜਦੋਂ ਹੋਸ਼ ਸੰਭਾਲੀ ਹੈ, ਅਸੀਂ ਇਸ ਨਗਰ ਨੂੰ ਵੇਖਿਆ, ਸਾਡੇ ਬਜ਼ੁਰਗ ਸਾਨੂੰ ਨਗਰ ਇਹ ਨਗਰ ਦੇ ਕੇ ਗਏ ਆ, ਅਸੀਂ ਗਾਹਾਂ ਆਪਣੇ ਬੱਚਿਆਂ ਨੂੰ ਦੇ ਕੇ ਜਾਣਾ, ਇਹ ਅਸੀਂ ਵੇਖਣਾ ਕਿ ਸਾਡੇ ਬਜ਼ੁਰਗ ਸਾਨੂੰ ਕਿਸ ਤਰ੍ਹਾਂ ਦਾ ਦੇ ਕੇ ਗਏ ਸੀ, ਅਸੀਂ ਇਸ ਨਗਰ ਨੂੰ ਵਧੀਆ ਵੀ ਬਣਾ ਸਕਦੇ ਹਾਂ, ਇਸ ਨਗਰ ਨੂੰ ਅਸੀਂ ਵਿਗਾੜ ਵੀ ਸਕਦੇ ਹਾਂ। ਪਰ ਸਵਾਲ ਇਸ ਗੱਲ ਦਾ ਆ ਕਿ ਇੱਕ ਇਤਿਹਾਸ ਜ਼ਰੂਰ ਬਣਦਾ ਜਾਂਦਾ ਨਾਲ ਨਾਲ, ਜਿਹੜੀਆਂ ਪੀੜ੍ਹੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਵੇਖਣਗੀਆਂ ਕਿ ਇਹ ਨਗਰ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਸਾਨੂੰ ਕਿਸ ਤਰ੍ਹਾਂ ਦਾ ਦੇ ਕੇ ਚਲੇ ਗਏ ਹੈਗੇ ਆ। ਬਹੁਤ ਵਧੀਆ ਲੱਗਦਾ ਕਿ ਇੱਕ ਐਸੀ ਪ੍ਰੇਰਨਾ ਸਰੋਤ ਇਹ ਪਿੰਡ ਦੇ ਵਿੱਚ ਖੜ੍ਹੀ ਕਰ ਦਿੱਤੀ ਹੈਗੀ ਆ, ਕਿ ਸੁਸਾਇਟੀ ਦਾ ਵੀ ਫਰਜ਼ ਬਣਦਾ, ਸੁਸਾਇਟੀ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਆ, ਕਿ ਰੇਸ਼ਮ ਸਿੰਘ ਜੀ ਨੇ ਤਾਂ ਕਰੋੜਾਂ ਰੁਪਈਆ ਉਹਨਾਂ ਦੇ ਹਵਾਲੇ ਕਰ ਦਿੱਤਾ, ਭਾਵ ਉਹਨਾਂ ਦੀ ਸੁਸਾਇਟੀ ਦੇ ਉਹਨਾਂ ਮੈਂਬਰਾਂ ਦਾ ਵੀ ਫਰਜ਼ ਬਣਦਾ ਕਿ ਇਸ ਇੱਕ ਇੱਕ ਪੈਸੇ ਨੂੰ ਉਸ ਜਗ੍ਹਾ 'ਤੇ ਲਗਾਈਏ ਜਿੱਥੇ ਜ਼ਰੂਰਤ ਹੈਗੀ ਆ, ਕਿਉਂਕਿ ਉਹ ਵੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਵਾਬਦੇਹ ਹੈਗੇ ਆ, ਕਿਉਂਕਿ ਇਹ ਜਿਹੜਾ ਪੈਸਾ ਆ ਮਿਹਨਤਾਂ ਦੇ ਨਾਲ ਕਮਾਇਆ, ਰਾਤਾਂ ਜਾਗੀਆਂ ਹੈਗੀਆਂ, ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਕਿ ਸਹੀ ਜਗ੍ਹਾ 'ਤੇ ਇਸ ਚੀਜ਼ ਨੂੰ ਉਸ ਜਗ੍ਹਾ 'ਤੇ ਲਗਾਇਆ ਜਾਵੇ ਕਿ ਜਿੱਥੇ ਲੋੜ ਹੈਗੀ ਹੈ। ਅਤੇ ਬਹੁਤ ਹੀ ਵਧੀਆ ਲੱਗਦਾ ਹੈਗਾ ਆ ਸਾਡੇ ਵਿੱਚ ਰੇਸ਼ਮ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਹੈਗੀ ਆ ਜੱਬੋਵਾਲ ਦੇ ਵਿੱਚ ਬਣਾਈ ਗਈ ਸੀ, ਰੇਸ਼ਮ ਸਿੰਘ ਨਾਗਰਾ ਵੈਲਫੇਅਰ ਸੁਸਾਇਟੀ ਜੱਬੋਵਾਲ ਰਜਿਸਟਰਡ ਕਰਵਾਈ ਹੈਗੀ 2018 ਦੇ ਵਿੱਚ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਦੀ 7 ਮੈਂਬਰੀ ਜਿਹੜੀ ਕਮੇਟੀ ਹੈਗੀ ਆ ਉਹ ਬਣਾਈ ਗਈ ਹੈਗੀ ਆ। ਰੇਸ਼ਮ ਸਿੰਘ ਸਾਡੇ ਨਾਲ ਮੌਜੂਦ ਨੇ, ਸਾਡੇ ਨਜ਼ਦੀਕ ਬੈਠੇ ਨੇ, ਇਹ ਉਸ ਜਿਹੜੀ ਸੁਸਾਇਟੀ ਹੈਗੀ ਆ ਉਹਦੇ ਚੇਅਰਮੈਨ ਨੇ, ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਆਪਣੀਆਂ ਸੇਵਾਵਾਂ ਸਰੋਤਿਆਂ ਦੇ ਨਾਲ ਦੱਸ ਰਹੇ ਨੇ ਕਿ ਮੇਰੀ ਜਨਮ ਭੂਮੀ ਪਿੰਡ ਜੱਬੋਵਾਲ ਦਾ ਮੈਨੂੰ ਅਕਸਰ ਹੀ ਵਿਦੇਸ਼ਾਂ ਦੇ ਵਿੱਚ ਰਹਿ ਕੇ ਚੇਤਾ, ਅਤੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਹੀ ਜਿਹੜੀ ਖਿੱਚ ਹੈ ਉਹ ਹਮੇਸ਼ਾ ਪਿੰਡ ਦੇ ਵਾਸਤੇ ਰਹਿੰਦੀ ਸੀਗੀ। ਜਦੋਂ ਵੀ ਕਹਿੰਦੇ ਅੱਖ ਖੁੱਲ੍ਹਣੀ ਅਤੇ ਪਿੰਡ ਦੀ ਯਾਦ ਆਉਣੀ, ਮੇਰੇ ਮਨ ਦੇ ਅੰਦਰ ਇੱਕੋ ਹੀ ਫੁਰਨਾ ਰਹਿਣਾ ਕਿ ਐਸਾ ਮੈਂ ਕੰਮ ਕਰਾਂ ਅਤੇ ਜਿਹਦੇ ਵਿੱਚ ਮੇਰਾ ਪਿੰਡ ਤਰੱਕੀਆਂ ਦੇ ਵੱਲ ਉੱਠੇ। ਜੇ ਮੇਰੇ ਪਿੰਡ ਦੇ ਵਿੱਚ ਕੋਈ ਆਫਤ ਪੈਦਾ ਹੁੰਦੀ ਹੈ, ਉਹ ਫੈਕਸ ਐਸਿਡ ਦਾ, ਭਾਵ ਕਿ ਉਸ ਜਮ੍ਹਾਂ ਹੋਏ
ਪੈਸਿਆਂ ਦਾ ਜਿਹੜਾ ਵਿਆਜ ਹੈਗਾ ਆ ਉਹ ਜਿਹੜੇ ਸਾਡੀ ਕਮੇਟੀ ਦੇ ਮੈਂਬਰ ਹੈਗੇ ਆ ਉਹ ਕਢਾ ਕੇ ਸੇਵਾਵਾਂ ਦੇ ਵਿੱਚ ਲਗਾਉਣ। ਇਹਨਾਂ ਸਾਰੇ ਹੀ ਵੀਰਾਂ ਦਾ ਜਿਹੜੇ ਕਮੇਟੀ ਦੇ ਮੈਂਬਰਾਨ ਨੇ ਉਹਨਾਂ ਸਾਰਿਆਂ ਦਾ ਬਹੁਤ ਜ਼ਿੰਮੇਵਾਰੀ ਵੀ ਬਣਦੀ ਆ, ਬਹੁਤ ਫਰਜ਼ ਵੀ ਆ ਕਿ ਬੜੇ ਸਤਿਕਾਰ ਦੇ ਨਾਲ ਜੋ ਰੇਸ਼ਮ ਸਿੰਘ ਨਾਗਰਾ ਜੀ ਦਾ ਸੁਪਨਾ ਹੈਗਾ ਆ ਉਹਨੂੰ ਪੂਰਾ ਕਰਨ ਦੇ ਲਈ ਸਾਕਾਰ ਹੋ ਰਹੇ ਨੇ, ਪੂਰਾ ਕਰਨ ਦੇ ਲਈ ਅੱਗੇ ਵੱਧ ਰਹੇ ਨੇ। ਉਹਨਾਂ ਸਾਰੇ ਸਰੋਤੇ ਅਤੇ ਨਾਲ ਨਾਲ ਜਿਹੜੇ ਵੀਡੀਓ ਵੇਖਦੇ ਨੇ ਉਹਦੇ ਨਾਲ ਨਾਲ ਜਿਹੜੇ ਸਾਡੇ ਕਮੇਟੀ ਮੈਂਬਰ ਨੇ ਉਹ ਵੀ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਇਸ ਸੁਸਾਇਟੀ ਦੇ ਵਿੱਚ ਸੇਵਾਵਾਂ ਦੇ ਲਈ ਆਪਣਾ ਨਾਮ ਦਰਜ ਕਰਾਇਆ। ਅਤੇ ਪਿੰਡ ਜੱਬੋਵਾਲ ਦੇ ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਹਰ ਕੰਮ ਨੂੰ ਸੱਜੇ ਢੰਗ ਦੇ ਨਾਲ ਕੀਤਾ ਜਾਂਦਾ। ਦਾਨੀਆਂ ਦੀ ਵੀ ਕਮੀ ਨਹੀਂ ਕਿਉਂਕਿ NRI ਵਿਦੇਸ਼ਾਂ ਦੇ ਵਿੱਚ ਬਹੁਤ ਹੀ ਸੱਜਣ ਮੇਰੇ ਸਤਿਕਾਰਯੋਗ ਬਹੁਤ ਹੀ ਪਿਆਰੇ ਵੀਰ ਬੈਠੇ ਨੇ। ਇਸੇ ਹੀ ਤਰ੍ਹਾਂ ਨਾਗਰਾ ਦੀ ਤਰ੍ਹਾਂ ਜੇ ਟੂਰਨਾਮੈਂਟਾਂ ਦੀ ਗੱਲ ਆਉਂਦੀ ਹੈ, ਘੋੜਾਂ ਦੀ ਗੱਲ ਆਉਂਦੀ ਹੈ, ਕਬੱਡੀਆਂ ਦੀ ਗੱਲ ਆਉਂਦੀ ਹੈ, ਛਿੰਝਾਂ ਦੀ ਗੱਲ ਆਉਂਦੀ ਹੈ, ਵਿਕਾਸ ਦੀ ਗੱਲ ਆਉਂਦੀ ਹੈ, ਅਤੇ ਜੱਬੋਵਾਲ ਦੇ ਜਿਹੜੇ NRI ਵੀਰ ਆ ਬੇਝਿਜਕ ਬਿਨਾਂ ਕਿਸੇ ਇੱਧਲੀਆਂ ਉੱਧਲੀਆਂ ਗੱਲਾਂ ਸੋਚੇ ਤੋਂ ਪਹਿਲਾਂ ਹੀ ਪਿੰਡ ਜੱਬੋਵਾਲ ਦੇ ਵਿੱਚ ਬਹੁਤ ਜ਼ਿਆਦਾ ਰੁਪਈਆ ਦਾਨ ਕਰਦੇ ਨੇ। ਹਮੇਸ਼ਾ ਹੀ NRI ਭਰਾਵਾਂ ਸਾਰਿਆਂ ਦੀ ਹੀ ਜਿਹੜੀ ਖਿੱਚ ਆ ਉਹ ਨਗਰ ਦੇ ਲਈ ਰਹਿੰਦੀ ਹੈਗੀ ਆ। ਪਿਆਰੇ ਸਰੋਤਿਓ, ਜੀਵਨ ਦੇ ਅੰਦਰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈਗਾ, ਜੀਵਨ ਦੇ ਅੰਦਰ ਬਹੁਤ ਐਸੇ ਪ੍ਰਾਣੀ, ਐਸੇ ਜੀਵ, ਐਸੇ ਸਤਿਕਾਰਯੋਗ ਸੱਜਣ ਮਿਲਦੇ ਨੇ ਜਿਨ੍ਹਾਂ ਦੇ ਕੋਲੋਂ ਬਹੁਤ ਜ਼ਿਆਦਾ ਪ੍ਰੇਰਣਾ ਅਤੇ ਬਹੁਤ ਜ਼ਿਆਦਾ ਸ਼ਿਕਸ਼ਾ ਮਿਲਦੀ ਰਹਿੰਦੀ ਹੈਗੀ ਹੈ ਕਿ ਆਪਣਿਆਂ ਦੇ ਲਈ ਭਾਵ ਕਿ ਆਪਣੇ ਪਰਿਵਾਰ ਦੇ ਲਈ, ਆਪਣੇ ਬੱਚਿਆਂ ਦੇ ਲਈ ਤਾਂ ਸਾਰੇ ਕਰਦੇ ਨੇ, ਪਰ ਉਹ ਐਸੇ ਮਹਾਨ ਹੋਇਆ ਕਰਦੇ ਨੇ ਜਿਹੜੇ ਦੇਸ਼ ਦੇ ਲਈ ਕਰਦੇ ਨੇ, ਜਿਹੜੇ ਪਿੰਡ ਦੇ ਲਈ ਕਰਦੇ ਨੇ, ਅਤੇ ਉਹ ਮਹਾਨ ਹੋਇਆ ਕਰਦੇ ਨੇ ਜਿਹੜੇ ਆਪਣਿਆਂ ਤੋਂ ਹਟ ਕੇ ਦੂਸਰਿਆਂ ਦੇ ਲਈ ਵੀ ਸੋਚਦੇ ਨੇ। ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ। ਜਗਤਾਰ ਸਿੰਘ ਜੱਬੋਵਾਲ ਨੂੰ ਦਿਓ ਇਜਾਜ਼ਤ 9465131313 'ਤੇ ਕਰੋ ਸੰਪਰਕ। ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਲਓ ਜੀ, ਇੱਕ ਵਾਰੀ ਸੁਣ ਲਈਏ ਗੱਲਬਾਤ।